put money aside for everything, bless him. But one thing we never saved for was his funeral. Well, you don't, do you? I wish we had, though. So when he died a few years ago, suddenly I was alone. And when I added up all the funeral costs and the rest, I was looking at over £7,000. And I had to find it there and then. Now you can help protect your family from the high cost of a funeral with a funeral protection plan from Promise Life. You can choose cover up to £20,000. ਹੋਈਦਾ ਬਿਲਕੁਲ ਉਸ ਤਰਜ਼ ਦੇ ਉੱਤੇ ਜਿਵੇਂ ਤੁਹਾਡੇ ਨਾਲ ਹਰ ਮਹੀਨੇ ਦੇ ਬਾਅਦ ਇੱਕ ਪ੍ਰੋਗਰਾਮ ਮੈਂ ਅਤੇ ਮੇਰੇ ਛੋਟੇ ਵੀਰ ਸਰਦਾਰ ਮੋਤਾ ਸਿੰਘ ਜੀ ਸਰਾਏ ਤੁਹਾਡੇ ਨਾਲ ਗੱਲਬਾਤ ਲਈ ਹਾਜ਼ਰ ਹੋਈਦਾ ਉਸੇ ਤਰਜ਼ 'ਤੇ ਅੱਜ ਸਰਾਏ ਸਾਹਿਬ ਸਟੂਡੀਓ 'ਚ ਸਾਡੇ ਨਾਲ ਹਾਜ਼ਰ ਨੇ ਤੁਹਾਡੀਆਂ ਉਹਨਾਂ ਗੱਲਾਂ ਬਾਤਾਂ ਦਾ ਉਹਨੀਆਂ ਕੋਲਾਂ ਦਾ ਜਿਹੜੇ ਤੁਸੀਂ ਪਿਛਲੇ ਲਗਭਗ 4 ਹਫ਼ਤੇ ਤੋਂ ਸੁਨੇਹੇ ਆਪਣੇ ਅੰਦਰ ਸਮੋਈ ਬੈਠੇ ਹੋ ਉਹਨਾਂ ਸੁਨੇਹਿਆਂ ਦਾ ਉਹਨਾਂ ਉਲਾਂਭਿਆਂ ਦਾ ਜਵਾਬ ਦੇਣ ਲਈ ਅਤੇ ਨਾਲ ਦੀ ਨਾਲ ਤੁਹਾਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਉਹਨਾਂ ਦਾ ਵੀ ਤੁਹਾਨੂੰ ਮੈਂ ਯਾਦ ਕਰਵਾ ਦਿਆਂ ਕਿਉਂਕਿ ਇਹ ਪ੍ਰੋਗਰਾਮ ਆਪ ਨੂੰ ਪਤਾ ਕਿ ਸਪੋਂਸਰ ਪ੍ਰੋਗਰਾਮ ਹੋਇਆ ਕਰਦਾ ਅੱਜ ਦਾ ਪ੍ਰੋਗਰਾਮ ਜਿਹੜਾ ਸਰਦਾਰ ਸਤਨਾਮ ਸਿੰਘ ਜੀ ਭਾਈ ਸਤਨਾਮ ਸਿੰਘ ਜੀ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸੋਹਰ ਰੋਡ ਵਾਲਿਆਂ ਨੇ ਸਪੋਂਸਰ ਕੀਤਾ ਅਸੀਂ ਉਹਨਾਂ ਦੇ ਦਿਲੋਂ ਧੰਨਵਾਦੀ ਹਾਂ ਸਰਾਏ ਸਾਹਿਬ ਆਪਣੇ ਵੱਲੋਂ ਉਹਨਾਂ ਦੇ ਬਾਰੇ 'ਚ ਕੁਝ ਵਿਚਾਰ ਲੈ ਕੇ ਆਏ ਨੇ ਉਹ ਵੀ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ ਨਾਲ ਦੀ ਨਾਲ ਜਿਵੇਂ ਆਪ ਨੂੰ ਪਤਾ ਕਿ ਇਸ ਪ੍ਰੋਗਰਾਮ ਦੇ ਦੌਰਾਨ ਤੁਹਾਡੀਆਂ ਕੋਲਾਂ ਵੀ ਲਈਆਂ ਜਾਂਦੀਆਂ ਨੇ ਲੇਕਿਨ ਕੋਲਾਂ ਲੈਣ ਤੋਂ ਪਹਿਲਾਂ ਤੁਹਾਡਾ ਜਿਹੜਾ ਫਰਜ਼ ਬਣਦਾ ਉਹ ਇਹ ਕਿ ਤੁਸੀਂ ਜਦੋਂ ਵੀ ਕੋਲ ਸਾਡੇ ਨਾਲ ਸਾਂਝੀ ਕਰਦੇ ਹੋ ਫੋਨ 'ਤੇ ਬਹਿੰਦੇ ਹੋ ਅਤੇ ਆਪਣੇ ਟੈਲੀਵਿਜ਼ਨ ਦੀ ਆਵਾਜ਼ ਜ਼ਰੂਰ ਘੱਟ ਕਰ ਲਿਆ ਕਰੋ ਅਤੇ ਤਾਂ ਕਿ ਤੁਹਾਡਾ ਅਤੇ ਸਾਡਾ ਸਮਾਂ ਜ਼ਾਇਆ ਨਾ ਹੋਵੇ ਅਤੇ ਹੋਰ ਬਹੁਤ ਸਾਰੀਆਂ ਗੱਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸਭ ਤੋਂ ਪਹਿਲਾਂ ਤੁਹਾਡੇ ਨਾਲ ਫਤਿਹ ਦੀ ਸਾਂਝ ਪਾ ਰਹੀ ਸਰਾਏ ਸਾਹਿਬ ਦਰਸ਼ਕ ਦਾਵਲੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਹਿਲੇ ਦਰਸ਼ਕੋ ਸਾਡੀ ਫਤਿਹ ਤੁਹਾਡੇ ਵੱਲ ਅਤੇ ਤੁਹਾਡੀ ਫਤਿਹ ਸਾਡੇ ਵੱਲ ਪਹੁੰਚ ਗਈ ਹੈ ਪ੍ਰੋਗਰਾਮ ਦੇ ਅਖੀਰ 'ਚ ਅਸੀਂ ਤੁਹਾਡੇ ਨਾਲ ਇੱਕ ਵਾਰੀ ਫਿਰ ਫਤਿਹ ਦੀ ਸਾਂਝ ਪਾਵਾਂਗੇ ਸੋ ਜਦੋਂ ਤੁਹਾਨੂੰ ਸਮਾਂ ਮਿਲਦਾ ਕੋਲ ਕਰਨ ਲਈ ਤੁਸੀਂ ਆਪਣੀ ਸਿੱਧੀ ਗੱਲਬਾਤ ਸਾਡੇ ਤੱਕ ਪਹੁੰਚਦੀ ਕਰੋ ਕਿਉਂਕਿ ਵਾਰ ਵਾਰ ਫਤਿਹ ਬੁਲਾਉਣ ਨਾਲ ਸਾਡਾ ਅਤੇ ਤੁਹਾਡਾ ਜਿਹੜਾ ਟਾਈਮ ਜ਼ਾਇਆ ਹੁੰਦਾ ਮਾਫ਼ ਕਰਨਾ ਉਹਨੂੰ ਅਸੀਂ ਬਚਾ ਕੇ ਕਿਸੇ ਹੋਰ ਚੰਗੇ ਪਾਸੇ ਲਾਉਣ ਦੀ ਕੋਸ਼ਿਸ਼ ਕਰੀਏ ਸੋ ਨਾਲ ਦੀ ਨਾਲ ਸਾਡੇ ਨਾਲ ਅੱਜ ਕੁਝ ਅਮਰੀਕਾ ਤੋਂ ਅਤੇ ਨਾਲ ਦੀ ਨਾਲ ਪੰਜਾਬ ਤੋਂ ਵੀ ਇੱਕ ਦੋ ਸੱਜਣ ਜੁੜਨ ਦੀ ਆਸ ਹੈਗੀ ਆ ਉਹਨਾਂ ਦੇ ਵਡਮੁੱਲੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂਗੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਪ੍ਰੋਗਰਾਮ ਦੇ ਦੌਰਾਨ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਅਗਰ ਹੁਣੇ ਹੁਣੇ ਟੈਲੀਵਿਜ਼ਨ ਔਨ ਕੀਤਾ ਤਾਂ ਆਓ ਆਪਣਾ ਫੋਨ ਚੱਕ ਕੇ ਆਪਣਾ ਫਰਜ਼ ਨਿਭਾਉਂਦੇ ਹੋਏ ਕਿਸੇ ਉਸ ਸੱਜਣ ਨੂੰ ਫੋਨ ਕਰਕੇ ਯਾਦ ਕਰਾਓ ਜਿਹੜਾ ਅੱਜ ਤੱਕ ਇਸ ਚੈਨਲ 'ਤੇ ਜਾਂ ਇਸ ਪ੍ਰੋਗਰਾਮ ਨੂੰ ਨਹੀਂ ਵੇਖ ਸਕਿਆ ਕਿਉਂਕਿ ਇਸ ਕਾਫਲੇ ਨੂੰ ਵੱਡਾ ਕਰਨਾ ਤੁਹਾਡੀ ਡਿਊਟੀ ਤੁਹਾਡਾ ਫਰਜ਼ ਹੋਇਆ ਕਰਦਾ ਅਕਾਲ ਚੈਨਲ ਆਪਣਾ ਫਰਜ਼ ਨਿਭਾ ਰਿਹਾ ਦਾਸ ਅਜਾਬ ਸਿੰਘ ਗਰਚਾ ਅਤੇ ਸਰਦਾਰ ਮੋਤਾ ਸਿੰਘ ਜੀ ਸਰਾਏ ਆਪਣੀ ਡਿਊਟੀ ਬਖੂਬੀ ਨਿਭਾ ਰਹੇ ਨੇ ਅਤੇ ਅਸੀਂ ਆਸ ਕਰਦੇ ਹਾਂ ਤੁਹਾਡੇ ਵੱਲੋਂ ਤੁਹਾਡੀ ਇੱਕ ਇਹ ਲੱਗੀ ਡਿਊਟੀ ਅਤੇ ਨਾਲ ਦੀ ਨਾਲ ਸਪੋਂਸਰਸ਼ਿਪ ਕਿਉਂਕਿ ਇਹ ਪ੍ਰੋਗਰਾਮ ਤੁਹਾਡੇ ਪ੍ਰੋਗਰਾਮਾਂ ਤੋਂ ਤੁਹਾਡੀ ਹੁੰਗਾਰੇ ਤੋਂ ਬਗੈਰ ਬਾਤ ਉਨੀ ਦੇਰ ਤੱਕ ਹੀ ਪੈ ਸਕਦੀ ਹੈ ਜਿੰਨੀ ਦੇਰ ਹੁੰਗਾਰਾ ਮਿਲਦਾ ਰਹੇ ਤੁਹਾਡੇ ਹੁੰਗਾਰੇ ਦੀ ਉਟੀਕ ਵਿੱਚ ਤੁਹਾਡੇ ਦੋਵੇਂ ਵੀਰ ਅੱਜ ਸਟੂਡੀਓ 'ਚ ਹਾਜ਼ਰ ਨੇ ਹਰ ਹਾਲਤ ਵਿੱਚ ਤੁਹਾਡੀਆਂ ਕੋਲਾਂ ਅਤੇ ਨਾਲ ਦੀ ਨਾਲ ਸੁਨੇਹੇ ਨੈੱਟ 'ਤੇ ਜਿਹੜੇ ਤੁਸੀਂ ਜਿਸ ਤਰ੍ਹਾਂ ਅੱਗੇ ਦਿੰਦੇ ਹੋ ਉਹ ਵੀ ਲਏ ਜਾ ਸਕਦੇ ਨੇ ਸੋ ਸਰਾਜ ਸਾਹਿਬ ਅੱਜ ਬਹੁਤ ਸਾਰੇ ਸਵਾਲ ਦਰਸ਼ਕਾਂ ਵੱਲੋਂ ਸਾਡੇ ਵੱਲੋਂ ਆਉਣੇ ਨੇ ਕੁਝ ਸੱਜਣਾਂ ਦਾ ਤੁਸੀਂ ਸਪੈਸ਼ਲ ਧੰਨਵਾਦ ਵੀ ਕਰਨਾ ਕੁਝ ਸਵਾਲ ਤੁਹਾਨੂੰ ਸਿੱਧੇ ਲੋਕਾਂ ਨੇ ਆਪਣੇ ਟੈਕਸਟ ਮੈਸੇਜ ਰਾਹੀਂ ਦਿੱਤੇ ਨੇ ਜੀ ਅਗਰ ਤੁਹਾਡੇ ਜਿਹਨ 'ਚ ਕੋਈ ਹੈਗਾ ਤਾਂ ਆਪਾਂ ਉੱਥੇ ਸ਼ੁਰੂ ਕਰ ਲੈਂਦੇ ਹਾਂ ਅਦਰਵਾਈਜ਼ ਹਾਂਜੀ ਮੇਰਾ ਖਿਆਲ ਹੈ ਸਾਰਿਆਂ ਦੇ ਜਵਾਬ ਦੇਣੇ ਤਾਂ ਮੁਸ਼ਕਲ ਆ ਅਤੇ ਤੁਹਾਡੇ ਆਪਣੇ ਸੁਣਨ ਵਾਲੇ ਵੀ ਗਰਚਾ ਸਾਹਿਬ ਇਸ ਗੱਲ ਤੋਂ ਵਾਕਫ ਆ ਪਹਿਲੀ ਤਾਂ ਗੱਲ ਮੈਂ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਹੁਣਾਂ ਦਾ ਜਿਹੜੇ ਬਤੌਰ ਗ੍ਰੰਥੀ ਦੀ ਸੇਵਾ ਨਿਭਾ ਰਹੇ ਨੇ ਜੀ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਹੈਂਡਸਵਰਥ ਬਰਮਿੰਗਮ ਵਿਖੇ ਇਹ ਭਾਈ ਸਤਨਾਮ ਸਿੰਘ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਉਹਨਾਂ ਸ਼ਖਸੀਅਤਾਂ ਦੇ ਵਿੱਚੋਂ ਆ ਜਿਹਨਾਂ ਦਾ ਮੰਜਕੀ ਦੇ ਖੇਤਰ ਦੇ ਵਿੱਚ ਜੰਡਿਆਲੇ ਦੇ ਲਾਗੇ ਇੱਕ ਛੋਟਾ ਜਿਹਾ ਪਿੰਡ ਝਾਨੀਆਂ ਹਾਂ ਜੀ ਆਪਣੇ ਪਿੰਡ ਇਹ ਜਿਹੜੇ ਲੋੜਵੰਦ ਪਰਿਵਾਰਾਂ ਦੇ ਆਨੰਦ ਕਾਰਜ ਕਰਾਇਆ ਕਰਦੇ ਸੀ ਅਤੇ ਇਹ ਉਹਨਾਂ ਨੇ 2005 ਦੇ ਵਿੱਚ ਸ਼ੁਰੂ ਕੀਤਾ ਸੀ ਇਹ ਪਹਿਲੇ ਸਾਲ 20 ਬਾਈਕ ਜੋੜਿਆਂ ਦਾ ਆਨੰਦ ਕਾਰਜ ਕਰਾਇਆ ਦੂਸਰੇ ਸਾਲ 5-4 ਇਸ ਤੋਂ ਉੱਪਰ ਹੋਰ ਜੁੜ ਗਏ
और तीसरे साल की घटना जो हरेक प्रोग्राम के मैं भी जाता से असं अपने वालों भी कोशिश करते ही जनक बन का योगदान करके सब पा सकते हैं उस प्रोग्राम पाइए क्योंकि सानू महसूस हो रहा है भी शुभ कार्य आ तो वो कुछ समय लिए उन्होंने अपने एक किस्म की हूँ बंद तो मैं पूरा संपूर्ण तौर पर नहीं कहूँगा वो इस ढाक के मुड़ के 2018 के दोबारा अपने शुरू करना चाहते हैं। मेरे नहीं एक दो वर गलबात भी हुई शायद स्टूडियो के आके फिर बाद गल भी कर 2017 जी गल ने मैं खास करके इंप्रैस किया मैं महसूस करता भी वैरसे के वारस प्रोग्राम ये गलबात करिए उस साल जिहड़ा प्रोग्राम अपने गर्चा साहब करना सी लड़कियां दे कुदरती तौर दे उत्ते 52 जोड़ियां ने अप्लाई कर दिता भी साडा आनंद कार्ज जिहड़ा असीं ये थोड़े तो करवाना चाहुंदे आ कुछ दाज दहेज दा भी अपने दया करदे सी ते क्योंकि गुरु ग्रंथ साहिब दी हजूरी च आनंद कार्ज होणे आ ते तुसीं अंदाजा लाओ भी जे 52 जोड़ियां दे आनंद कार्ज होणे आ ते 52 लड़की वालियां वल्लों जे 10-10 वी बंदे होण अपने लड़के वालियां वल्लों भी होण 52 ਪਿੰਡਾਂ ਦੀ ਉੱਥੇ ਬਰਾਤ ਵੀ ਆਉਣੀ ਆ ਅਤੇ 52 ਪਿੰਡਾਂ ਦੀਆਂ ਜਿਹੜੀਆਂ ਲੜਕੀ ਆਪਣੇ ਕਿਸੇ ਦੇ ਨਾਲ ਲਾਉਣੀਆਂ ਤਾਂ ਉਹਨਾਂ ਦੇ ਇਕੱਠ ਵੱਠ ਤਾਂ ਆਪਣੇ ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਦੀ ਗਿਣਤੀ 'ਚ ਹੋਏਗਾ ਜੀ ਜੀ ਜੇ 500 ਵੀ ਹੋਵੇ ਤਾਂ 25-26 ਹਜ਼ਾਰ ਤਾਂ ਫੇਰ ਬਣ ਜਾਂਦਾ ਪਰ ਕਈ ਵਾਰ ਜ਼ਿਆਦਾ ਵੀ ਹੋ ਜਾਂਦਾ ਆਲੇ ਦੁਆਲੇ ਦੇ ਕਿਉਂਕਿ ਕੀਰਤਨ ਦਰਬਾਰ ਵੀ ਉੱਥੇ ਆਪਣੇ ਚੱਲਦਾ ਸੀ ਅਤੇ ਇਸ ਤਰ੍ਹਾਂ ਘਟਨਾ ਘਟੀ ਵੀ ਉਸ ਸਾਲ ਇਹਨਾਂ ਨੇ ਪ੍ਰੋਗਰਾਮ ਰੱਖ ਲਿਆ ਵੀ ਅਸੀਂ ਆਪਣੇ 10 ਜਾਂ 11 ਤਰੀਕ ਨੂੰ ਜਿਹੜਾ ਪ੍ਰੋਗਰਾਮ ਮਹੀਨੇ ਦੀ 1 ਤਰੀਕ ਰੱਖ ਲਈ ਸ਼ਾਇਦ ਫਰਵਰੀ ਸੀ ਉਸ ਸਾਲ ਦੇ ਵਿੱਚ ਅਤੇ ਇਹਨਾਂ ਦੇ ਫਾਦਰ ਸਾਹਿਬ ਦੀ ਆਪਣੇ 1 ਤਰੀਕ ਨੂੰ ਡੈਥ ਹੋ ਗਈ ਉਸੇ ਮਹੀਨੇ। ਅੱਛਾ ਜੀ। ਇਹਨਾਂ ਨੇ ਆਪਣੇ ਇੱਕ ਭਾਣ ਜੀ ਦਾ ਵਿਆਹ ਵੀ ਰੱਖਿਆ ਹੋਇਆ ਸੀ 5 ਤਰੀਕ ਦਾ ਇੱਥੋਂ ਗਏ ਸੀ ਸਾਰੇ ਵੀ ਅਸੀਂ ਉਹਨਾਂ ਨੇ ਕਰਨਾ ਪਹਿਲਾਂ ਤਾਂ ਇਹਨਾਂ ਨੇ ਫਾਦਰ ਦਾ ਆਪਣੇ ਕਿਰਿਆਕਰਮ ਕੀਤਾ 5 ਤਰੀਕ ਨੂੰ ਆਪਣੀ ਭਾਣ ਜੀ ਦਾ ਵਿਆਹ ਕੀਤਾ ਉਸ ਤੋਂ 9-10 ਦਿਨਾਂ ਬਾਅਦ ਜਿਹੜੇ ਆਨੰਦ ਕਾਰਜ ਸੀ ਵਿਆਹ ਇਹ ਉਹਨਾਂ ਦੇ ਵਿੱਚ ਅਤੇ ਉਹਦੇ ਵਾਸਤੇ ਇਹਨਾਂ ਨੇ ਖੁੱਲ੍ਹਾ ਪੰਡਾਲ ਜਿਹੜਾ ਏਡਾ ਵੱਡਾ ਲਾਇਆ ਹੋਇਆ ਸੀ ਜਾਣੀ ਉਹ ਦੇਖਣ ਵਾਲਾ ਹੀ ਸੀ ਏਡੀ ਜ਼ਿਆਦਾ ਸ਼ਾਨੋ ਸ਼ੌਕ ਸੀ। ਸਰ ਸਾਹਿਬ ਆਪਣੇ ਨਾਲ ਪੰਜਾਬ ਤੋਂ ਸੁਰਿੰਦਰ ਸਿੰਘ ਜੀ ਵਾਹ ਜੀ ਵਾਹ ਟਾਕ ਪੰਜਾਬ ਵਾਲੇ ਜੁੜੇ ਨੇ ਆਪਾਂ ਉਹਨਾਂ ਨਾਲ ਗੱਲ ਕਰੀਏ ਕਿ ਦੂਰ ਦੀ ਕੋਲ ਹੈਗੀ ਆ ਉਹ ਆਪਾਂ ਨਹੀਂ ਕਰ ਸਕਦੇ। ਹੈਲੋ ਕੱਟੀ ਗੱਲ ਹੈ ਜੀ। ਹੈਲੋ ਮੇਰਾ ਖਿਆਲ ਕੋਲ ਕੱਟੀ ਗਈ ਤੁਸੀਂ ਕਹਿ ਰਹੇ ਹੋ ਮੁੜ ਕੇ ਆਪਾਂ ਨੂੰ ਮੈਸੇਜ ਕਰਾ ਜਾਣਾ ਬਸ ਇੱਕ ਮਿੰਟ ਦੇ ਵਿੱਚ ਹੀ ਆਪਣੇ ਮੇਰਾ ਖਿਆਲ ਗੱਲਬਾਤ ਮੈਂ ਸੰਪੂਰਨ ਕਰਾਂਗਾ ਵੀ ਜਿਹੜੀ ਉੱਥੇ ਘਟਨਾ ਘਟੀ ਅਤੇ ਮੀਂਹ ਰਾਤ ਨੂੰ ਤੂਫਾਨ ਏਡਾ ਆਇਆ ਵੀ ਉਹ ਜਿਹੜਾ ਦਰਬਾਰ ਸੀ ਜਿੱਥੇ ਲੱਗਣਾ ਸੀ ਸਾਰਾ ਕੁਛ ਹੀ ਉਡਾ ਕੇ ਲੈ ਗਿਆ ਪਿੰਡ ਦਾ ਗੁਰਦੁਆਰਾ ਪਿੰਡਾਂ ਦੇ ਵਿੱਚ ਇੰਨਾ ਪ੍ਰਬੰਧ ਨਹੀਂ ਹੁੰਦਾ ਜੀ ਇਹਨਾਂ ਨੇ 2 ਵਾਰ ਆਨੰਦ ਕਾਰਜ ਆਪਣੇ ਕੀਤਾ 26-26 ਜੋੜਿਆਂ ਦਾ ਅਤੇ ਆਨੰਦ ਕਾਰਜ ਤੋਂ ਬਾਅਦ ਉੱਥੇ ਜਾਣੀ ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਸੀ ਵੀ ਜਿੱਦਾਂ ਪਤਾ ਨਹੀਂ ਲੱਗ ਰਿਹਾ ਸੀ ਵੀ ਕੀ ਹੋ ਰਿਹਾ ਕੀ ਵਾਪਰ ਰਿਹਾ ਕੋਲ ਫਿਰ ਆ ਗਈ ਆਪਾਂ ਲੈ ਲਈ। ਹੈਲੋ 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 ਸਰਦਾਰ ਸੁਰਿੰਦਰ ਸਿੰਘ ਜੀ ਹਾਂਜੀ ਬੋਲ ਰਿਹਾ ਜੀ ਮੈਂ ਵੀਰ ਜੀ ਸੁਰਿੰਦਰ ਸਿੰਘ ਜੀ ਦਾਸ ਅਜੈਬ ਸਿੰਘ ਗਰਚਾ ਨਾਲ ਸਰਦਾਰ ਮੋਤਾ ਸਿੰਘ ਜੀ ਸਰਾਏ ਪ੍ਰੋਗਰਾਮ ਵਿਰਸੇ ਦੇ ਵਾਰਸ ਅਕਾਲ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੇ ਨਾਲ ਗੱਲਬਾਤ ਹੋ ਰਹੀ ਆ ਤੁਹਾਡੇ ਤੋਂ ਜਾਣਨਾ ਚਾਹਾਂਗੇ ਪੰਜਾਬ ਦੇ ਬਾਰੇ 'ਚ ਸਭ ਤੋਂ ਪਹਿਲਾਂ ਤੁਹਾਡੇ ਬਾਰੇ ਜਾਣਨਾ ਚਾਹਾਂਗੇ ਕਿ ਤੁਸੀਂ ਹੁਣੇ ਹੁਣੇ ਟਾਡਾ ਦੇ ਕਿਸੇ ਕੇਸ ਵਿੱਚੋਂ ਬਰੀ ਹੋ ਕੇ ਆਏ ਹੋ ਉਹਦੇ ਬਾਰੇ ਕੁਝ ਆਪਣੀ ਗੱਲਬਾਤ ਅਤੇ ਨਾਲ ਦੀ ਨਾਲ ਪੰਜਾਬ 'ਚ SGPC ਨੇ ਪਿਛਲੇ ਕੁਝ ਅਰਸੇ ਤੋਂ ਜਿਹੜਾ ਬੀੜਾ ਚੁੱਕਿਆ ਸੀਗਾ 25-26 ਸਪਟੈਂਬਰ ਨੂੰ ਵਿਸ਼ਵ ਪੰਜਾਬੀ ਕਾਨਫਰੰਸ ਉਹ ਮੁਲਤਵੀ ਹੋ ਗਈ ਆ ਉਹਦੇ ਕਾਰਨ ਕੀ ਨੇ ਤੁਹਾਡੇ ਕੁਝ ਮਿੰਟ ਅਸੀਂ ਉਧਾਰੇ ਲੈਣੇ ਚਾਹਾਂਗੇ ਜੀ। ਜੀ ਗਰਚਾ ਸਾਹਿਬ ਇਸ ਤਰ੍ਹਾਂ ਕਿ ਜਿਹੜਾ ਟਾਡਾ ਦਾ ਕੇਸ ਬਰੀ ਹੋਇਆ ਇਹ ਕੇਸ 28 ਸਾਲ ਪੁਰਾਣਾ ਕੇਸ ਸੀ ਜੀ ਜਿਸ ਵੇਲੇ ਮੇਰੀ ਉਮਰ 16 ਸਾਲ ਦੀ ਸੀ ਉਸ ਵੇਲੇ ਝੂਠੇ ਕੇਸ ਪੰਜਾਬ ਦੇ ਹਾਲਾਤ ਕੁਛ ਇਸ ਤਰ੍ਹਾਂ ਦੇ ਸੀ ਜੀ ਕਿ 2.5 ਲੱਖ ਤੋਂ ਵੱਧ ਸਿੱਖ ਨੌਜਵਾਨਾਂ ਦੇ ਉੱਤੇ ਉਸ ਵੇਲੇ ਸਰਕਾਰ ਦੇ ਕੇਂਦਰ ਸਰਕਾਰ ਦੇ ਇਸ਼ਾਰਿਆਂ ਦੇ ਉੱਤੇ ਜੀ ਪੰਜਾਬ ਪੁਲਿਸ ਨੇ ਉਹ ਝੂਠੇ ਕੇਸ ਦਰਜ ਕੀਤੇ ਸਨ 2.5 ਲੱਖ ਤੋਂ ਵੱਧ ਸਿੱਖ ਨੌਜਵਾਨਾਂ ਦੇ ਜੀ ਤੇ ਉਹਨਾਂ 2.5 ਲੱਖ ਤੋਂ ਵੱਧ ਸਿੱਖ ਨੌਜਵਾਨਾਂ 'ਚ ਇੱਕ ਮੈਂ ਵੀ ਸੀ ਜੀ ਤੇ ਉਹ ਉਸ ਵੇਲੇ ਕੇਸ ਰਹਿ ਗਿਆ ਸੀ ਕਿਸੇ ਤਰ੍ਹਾਂ ਕੋਈ ਗਲਤ ਫਹਿਮੀ ਕਰਕੇ ਤੇ ਮੈਨੂੰ ਪਤਾ ਨਹੀਂ ਲੱਗਿਆ ਤੇ ਜਦੋਂ ਮੇਰੇ ਤੇ ਪੰਜਾਬ ਸਰਕਾਰ ਦਾ ਦਬਾਅ ਵਧਿਆ ਜੀ ਤੇ ਪੰਜਾਬ ਸਰਕਾਰ ਵੱਲੋਂ ਕੁਛ ਸਰੋਪੇ ਪਾਉਣ ਦੀ ਗੱਲ ਕੀਤੀ ਗਈ ਜਾਂ ਮੈਨੂੰ ਆਪਣੀਆਂ ਜਿਹੜੀ ਪੱਤਰਕਾਰੀ ਦੇ ਦੀਆਂ ਕਾਰਵਾਈਆਂ ਨੇ ਉਹਨਾਂ ਨੂੰ ਬੰਦ ਕਰਨ ਦੇ ਇਸ਼ਾਰੇ ਦਿੱਤੇ ਗਏ ਤਾਂ ਮੈਨੂੰ ਫਿਰ ਦੱਸਿਆ ਪਤਾ ਲੱਗਿਆ ਕਿ ਇਹ ਕੇਸ ਹੈ ਜਿਹਦੇ ਕਰਕੇ ਮੈਨੂੰ ਇਹ ਕੋਸ਼ਿਸ਼ ਕਰ ਰਹੇ ਨੇ ਪ੍ਰੈਸ਼ਰ ਬਣਾਉਣ ਦੀ ਜੀ ਸੋ ਮੈਂ ਅਦਾਲਤ ਵਿੱਚ ਗਿਆ ਤੇ ਮੈਂ ਉਸ ਕੇਸ ਸੰਬੰਧੀ ਸਰੈਂਡਰ ਕਰ ਦਿੱਤਾ ਤੇ 11 ਮਹੀਨੇ ਉਹ ਕੇਸ ਚੱਲਿਆ ਤੇ 11 ਮਹੀਨੇ ਬਾਅਦ ਇਨਸਾਫ ਮੈਨੂੰ ਮਿਲਿਆ ਜੀ ਤੇ ਅਦਾਲਤ ਨੇ ਮੈਨੂੰ ਬਾਇਜ਼ਤ ਬਰੀ ਕਰ ਦਿੱਤਾ ਤੇ ਇਸ ਤਰੀਕੇ ਨਾਲ ਇਹ ਜਿਹੜਾ ਥੋੜਾ ਬਹੁਤਾ ਮੈਨੂੰ ਝੁਕਣ ਦਾ ਕਿਤੇ ਨਾ ਕਿਤੇ ਡਰ ਬਣਿਆ ਹੋਇਆ ਸੀ ਕਿ ਮੈਂ ਝੁਕ ਨਾ ਜਾਵਾਂ ਤੇ ਮੈਂ ਡੋਲ ਨਾ ਜਾਵਾਂ ਉਹ
मेरा डर हुण दूर हो गया ते मैं होर उसे तरीके नाल वधिया तरीके नाल मैं पत्रकारी हुण कर सकांगा। बहुत वधिया धन्नवाद जी। हाँ जी हाँ जी। ते दूजी गल इह जिहड़ी तुसीं पुछी है कि पंजाबी कॉन्फ्रेंस बारे जी, पंजाबी कॉन्फ्रेंस बारे एक गल स्पष्ट है जी कि पंजाब की सरकार ते गंभीर नहीं हैगी पंजाबी लागू करने लई पंजाब दे विच। अच्छा जी। ਤੇ ਇਹ ਜਿਹੜੀ ਪੰਜਾਬੀ ਕਾਨਫਰੰਸ ਦੀ ਆਊਟਪੁੱਟ ਨਿਕਲਣੀ ਸੀ ਜਾਂ ਜਿਸ ਤਰੀਕੇ ਨਾਲ ਪੰਜਾਬੀ ਦੇ ਜਿਹੜੇ ਪ੍ਰਵਾਸੀ ਸਿੱਖ ਨੇ ਜੀ ਉਹਨਾਂ ਨੇ ਵਿੱਚ ਹਿੱਸਾ ਲੈਣਾ ਸੀ ਜੀ, ਉਹ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਕਨਸੋਆ ਮਿਲ ਗਈਆਂ ਕਿ ਉਹ ਪੰਜਾਬ ਸਰਕਾਰ ਦੀ ਜਿਹੜੀ ਨੀਤੀ ਹੈ ਨੀਤ ਹੈ ਪੰਜਾਬੀ ਨੂੰ ਲਾਗੂ ਕਰਨ ਬਾਰੇ ਜੀ, ਉਸਦੇ ਉੱਤੇ ਇਸ ਵਾਰੀ ਆਪਣੀਆਂ ਕਮਰਾਂ ਕੱਸ ਚੁੱਕੇ ਨੇ ਤੇ ਉਹਨਾਂ ਨੇ ਬੇਬਾਕ ਤਰੀਕੇ ਦੇ ਨਾਲ ਪੰਜਾਬ ਸਰਕਾਰ ਤੇ ਟਿੱਪਣੀਆਂ ਕਰਨੀਆਂ ਸਨ ਜੀ, ਤੇ ਇਲੈਕਸ਼ਨ ਦਾ ਜਿਹੜਾ ਸਮਾਂ ਉਹ ਬਹੁਤ ਨੇੜੇ ਆ ਜੀ, ਤੇ ਉਹ ਪੰਜਾਬ ਸਰਕਾਰ ਨੂੰ ਕਿਤੇ ਨਾ ਕਿਤੇ ਪੰਜਾਬੀ ਕਾਨਫਰੰਸ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਈ ਜਾਣੀ ਸੀ ਨਾਨਕਪੁਰ ਸਾਹਿਬ ਵਿਖੇ ਜੀ, ਉਹ ਪੁੱਠੀ ਪੈਂਦੀ ਜਾਪਦੀ ਸੀ, ਇਸ ਕਰਕੇ ਉਹ ਜਿਹੜੀ ਮੁਲਤਵੀ ਕਰਨੀ ਪਈ ਇਹਨਾਂ ਨੂੰ, ਮੁਲਤਵੀ ਕਰ ਦਿੱਤੀ ਇਹਨਾਂ ਨੇ, ਉਹਦੇ ਨੁਕਸਾਨ ਕਾਫੀ ਹੋਏ। ਇੱਕ ਤਾਂ ਪੰਜਾਬੀ ਬਾਰੇ ਸੁਬਿਰਦ ਲੋਕਾਂ ਨੇ ਜਿਹਨਾਂ ਨੇ ਹਿੱਸਾ ਲੈਣਾ ਸੀ ਬਾਹਰੋਂ ਆਉਣਾ ਸੀ ਜੀ, ਸੱਤ ਸਮੁੰਦਰੋਂ ਬਾਹਰੋਂ ਜਾਂ ਜਿਹੜੇ ਸਾਡੇ ਪੰਜਾਬੀ ਡਾਇਸਪੋਰਾ ਸੀ ਉਹਨਾਂ ਨੇ ਆਉਣਾ ਸੀ ਵਿੱਚ ਹਿੱਸਾ ਲੈਣਾ ਸੀ ਜੀ, ਉਹਨਾਂ ਦਾ ਕਾਫੀ ਉਹਨਾਂ ਨੇ ਆਪਣੇ ਕੰਮ ਕਾਰ ਛੱਡ ਕੇ ਛੁੱਟੀਆਂ ਲਈਆਂ ਸੀ ਬਿਲਕੁਲ, ਤੇ ਉਹਨਾਂ ਨੇ ਟਿਕਟਾਂ ਬੁੱਕ ਕਰਾਈਆਂ ਸੀ, ਹੋਰ ਖਰਚੇ ਬਹੁਤ ਕੀਤੇ ਸੀ ਜੀ, ਤੇ ਉਹਨਾਂ ਨੇ ਹੋਟਲ ਬੁੱਕ ਕਰਵਾਏ ਸੀ ਇੱਥੇ ਆਪਣੇ ਖਰਚੇ ਤੇ ਤਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਖਰਚਾ ਨਾ ਹੋਵੇ ਕਿਸੇ ਧਾਰਮਿਕ ਸੰਸਥਾ ਜੀ, ਤੋਂ ਉਹਨਾਂ ਦਾ ਕਾਫੀ ਖਰਚਾ ਵੀ ਹੋ ਗਿਆ, ਉਹਨਾਂ ਦਾ ਸਮਾਂ ਖਰਾਬ ਗਿਆ ਜੀ, ਉਹਨਾਂ ਨੇ ਤਿਆਰੀਆਂ ਕੀਤੀਆਂ ਹੋਈਆਂ ਸਨ, ਪਰਚੇ ਲਿਖੇ ਸਨ, ਉਹਨਾਂ ਨੇ ਖੋਜ ਕੀਤੀ ਸੀ ਪੰਜਾਬੀ ਬਾਰੇ ਜੀ, ਤੇ ਉਹ ਸਾਰੀ ਵਿਅਰਥ ਗਈ ਉਹਨਾਂ ਦੀ ਖੋਜ ਜੀ, ਤੇ ਉਹਨਾਂ ਦਾ ਜੋ ਕਾਰਜ ਸੀ ਉਹਨੂੰ ਇਹਨਾਂ ਨੇ ਰੱਦੀ ਦੀ ਟੋਕਰੀ ਚ ਸੁੱਟ ਦਿੱਤਾ ਇੱਕ ਤਰ੍ਹਾਂ ਜੀ ਜੀ। ਸੋ ਇਹ ਤਾਂ ਕਹਿੰਦਾ ਵੀ ਇਸ ਦੇ ਸਾਡੇ ਬੀਤੇ ਹੋਏ ਸਮੇਂ ਦੇ ਵਿੱਚ ਪੰਜਾਬ ਦੇ ਇੱਕ ਮੁੱਖ ਮੰਤਰੀ ਹੋਏ ਨੇ ਜਿਹਦਾ ਨਾਮ ਕਾਫੀ ਮਸ਼ਹੂਰ ਹੈ, ਸਰਦਾਰ ਲਕਸ਼ਮਣ ਸਿੰਘ ਗਿੱਲ ਜੀ ਜੀ, ਉਹਨਾਂ ਦੀ ਜੋ ਅਪਰੋਚ ਸੀ ਪੰਜਾਬੀ ਨੂੰ ਲਾਗੂ ਕਰਨ ਦੀ ਪੰਜਾਬੀ ਭਾਸ਼ਾ ਬਾਰੇ ਮਾਤ ਭਾਸ਼ਾ ਬਾਰੇ, ਉਹ ਪੰਜਾਬ ਦੇ ਵਿੱਚ ਹੋਰ ਕਿਸੇ ਵੀ ਮੁੱਖ ਮੰਤਰੀ ਦੀ ਜਾਂ ਕਿਸੇ ਵੀ ਜੋ ਸਰਕਾਰ ਦੇ ਪੱਖੀ ਜਾਂ ਸਰਕਾਰੀ ਧਿਰ ਦਾ ਕੋਈ ਵਿਅਕਤੀ ਵਿਸ਼ੇਸ਼ ਹੈ ਉਸਦੀ ਪਹੁੰਚ ਨਹੀਂ ਰਹੀ ਲਕਸ਼ਮਣ ਸਿੰਘ ਗਿੱਲ ਵਰਗੀ ਜੀ, ਉਹਨਾਂ ਨੇ ਰਾਤੋਂ ਰਾਤ ਪੰਜਾਬੀ ਲਾਗੂ ਕਰਵਾਈ ਸੀ, ਤੇ ਉਹ ਉਹਨਾਂ ਨੂੰ ਜਨਸੰਘ ਦਾ ਜਿਹੜੀ ਹੁਣ ਭਾਜਪਾ ਹੈ ਜਨਸੰਘ ਦਾ ਤੇ ਹਿੰਦੂ ਲੀਡਰਾਂ ਦਾ ਗੁੱਸੇ ਦਾ ਸ਼ਿਕਾਰ ਵੀ ਹੋਣਾ ਪਿਆ ਜੀ, ਤੇ ਉਸਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੈ ਸੀ ਉਹ ਉਹਨਾਂ ਨੂੰ ਗੁੱਸੇ ਦਾ ਸ਼ਿਕਾਰ ਹੋਣਾ ਪਿਆ, ਪਰ ਇਹ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨੇ ਇਹ ਉਸ ਤਰੀਕੇ ਦੇ ਨਾਲ ਜਿਹੜਾ ਪੰਜਾਬੀ ਨੂੰ ਲਾਗੂ ਨਹੀਂ ਕਰ ਸਕਦੇ ਜੀ, ਇਹ ਸਿਰਫ ਤੇ ਸਿਰਫ ਇੱਕ ਮੈਂ ਕਹਿੰਦਾ ਕਿ ਇਲੈਕਸ਼ਨ ਨੂੰ ਦੇਖਦੇ ਹੋਏ ਜੀ ਇਹਨਾਂ ਨੂੰ ਜਦੋਂ ਲੱਗਿਆ ਕਿ ਇਹਨਾਂ ਦੀ ਜਿਹੜੀ ਸਾਰੀ ਵਿਚਾਰਧਾਰਾ ਜਿਹੜੀ ਹੈ ਉਸਦੇ ਉਲਟ ਸਾਰੀ ਗੱਲ ਜਾਊਗੀ ਜੀ, ਤਾਂ ਇਹਨਾਂ ਨੂੰ ਮੁਲਤਵੀ ਕਰਨੀ ਪਈ, ਤੇ ਮੈਨੂੰ ਵੀ ਕੁਛ ਪੱਤਰਕਾਰ ਜਿਹੜੇ ਦੋਸਤ ਨੇ ਉਹਨਾਂ ਤੋਂ ਪਤਾ ਲੱਗਿਆ ਇਸ ਗੱਲ ਦਾ ਕਿ ਇਸ ਨੂੰ ਮੁਲਤਵੀ ਕਰਨ ਦਾ ਇੱਕੋ ਇੱਕ ਕਾਰਨ ਹੈ ਕਿ ਕਮਰਾ ਸਨ ਪ੍ਰਵਾਸੀ ਵੀਰਾਂ ਨੇ ਜੀ, ਕਿ ਇਸ ਵਾਰ ਜਿਹੜਾ ਪ੍ਰੋਲ ਦੇਣਾ। ਸੁਦਰ ਸਿੰਘ ਜੀ ਤੁਹਾਡਾ ਆਇੰਦਾ ਵੀ ਸਮਾਂ ਕਰਾਂਗੇ, ਹੋਰ ਇਸ ਤੋਂ ਇਲਾਵਾ ਕੋਈ ਬਰੀਫ ਚ ਪੰਜਾਬ ਦੇ ਬਾਰੇ ਤੁਸੀਂ ਪੰਜਾਬ ਦੇ ਵਿੱਚ ਜਿਹੜੇ ਸਿਆਸੀ ਪੰਡਿਤ ਨੇ ਜੀ ਉਹ ਕਾਫੀ ਫੂਕ ਫੂਕ ਕੇ ਕਦਮ ਰੱਖ ਰਹੇ ਨੇ, ਉਹ ਕਿਸੇ ਵੀ ਧਿਰ ਬਾਰੇ ਜਾਂ ਵੀ ਮੈਂ ਕਹਿੰਦਾ ਸਿਆਸੀ ਪਾਰਟੀ ਬਾਰੇ ਕੋਈ ਵੀ ਕੁਝ ਕਹਿਣ ਤੋਂ ਪਹਿਲਾਂ 100 ਵਾਰ ਸੋਚ ਰਹੇ ਨੇ, ਤਾਂ ਕਿ ਕਿਉਂਕਿ ਸਮਾਂ ਇਸ ਤਰ੍ਹਾਂ ਦਾ ਚੱਲ ਰਿਹਾ, ਚਾਰ ਫਰੰਟ ਬਣ ਚੁੱਕੇ ਨੇ ਜੀ, ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਫਰੰਟ ਹੈ, ਦੂਜੇ ਨੰਬਰ ਤੇ ਕਾਂਗਰਸ ਹੈ, ਫਿਰ ਆਮ ਆਦਮੀ ਪਾਰਟੀ ਹੈ ਜੀ, ਤੇ ਫਿਰ ਚੌਥਾ ਫਰੰਟ ਜਿਹੜਾ ਸਾਹਮਣੇ ਆ ਰਿਹਾ ਜੀ, ਬਣ ਕੇ ਭੈਣ ਭਰਾਵਾਂ ਦਾ ਨਵਜੋਤ ਸਿੰਘ ਸਿੱਧੂ ਤੇ ਉਧਰੋਂ ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਹਮਾਇਤ ਦੇ ਦਿੱਤੀ ਹੈ ਜੀ, ਇਹ ਕਾਫੀ ਰੋਲ ਘਚੋਲੇ ਵਾਲੀ ਸਥਿਤੀ ਬਣੀ ਹੋਈ ਆ, ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਮੈਂ ਸਪਸ਼ਟ ਕਰਾਂਗਾ ਤੁਹਾਨੂੰ, ਠੀਕ ਹੈ, ਤੁਸੀਂ ਜਿਵੇਂ ਜਿਵੇਂ ਮੈਨੂੰ ਸਮਾਂ ਦਓਗੇ ਜਾਂ ਜਿਵੇਂ ਆਪਾਂ ਅਕਾਲ ਚੈਨਲ ਤੇ ਗੱਲਬਾਤ ਕਰਾਂਗੇ ਜੀ, ਸੋ ਦਰਸ਼ਕਾਂ ਦੇ ਰੂਬਰੂ ਮੈਂ ਹੁੰਦਾ ਰਹਾਂਗਾ, ਤੁਹਾਡਾ ਬਹੁਤ ਧੰਨਵਾਦ ਜੀ, ਸ਼ੁਕਰੀਆ ਮੌਕਾ ਦਿੱਤਾ ਦਰਸ਼ਕਾਂ ਦੇ ਨਾਲ ਜੋੜਿਆ ਜੀ, ਤੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਮੈਂ ਵਧਾਈ ਦੇਣਾ ਚਾਹੁੰਦਾ ਜੀ, ਤੇ ਉਹਨਾਂ ਨੇ ਅਰਦਾਸਾਂ ਕੀਤੀਆਂ ਮੇਰੇ ਲਈ, ਮੈਂ ਜੇਲ੍ਹ ਦੇ ਵਿੱਚ ਬੰਦ ਸੀ ਜੀ, ਉਹਨਾਂ ਦੀਆਂ ਅਰਦਾਸਾਂ ਰੰਗ ਲਿਆਈਆਂ ਨੇ, ਵਾਹਿਗੁਰੂ ਦੀ ਕਿਰਪਾ ਹੋਈ ਹੈ, ਤੇ ਮੈਂ ਅੱਜ ਬਿਲਕੁਲ ਸਾਫ਼ ਮੇਰੀ ਇਨੋਸੈਂਸੀ ਸਾਬਤ ਹੋਈ ਹੈ ਅਦਾਲਤ ਦੇ ਵਿੱਚ, ਮੈਂ ਸਾਫ਼ ਪਾਕ ਹੋ ਕੇ ਮੈਂ ਸ਼ੁਕਰੀਆ ਸੁੰਦਰ ਸਿੰਘ ਜੀ, ਆਇੰਦਾ ਜਲਦੀ ਤੁਹਾਡੇ ਨਾਲ ਰਾਬਤਾ ਹੋਵੇਗਾ, ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ।
ਸ਼ੁਕਰੀਆ ਸਰਾਜ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਕੁਝ ਇਹਨਾਂ ਬਾਰੇ ਤੇ ਨਾਲ ਦੀ ਨਾਲ ਜਿਹੜੀ ਤੁਸੀਂ ਗੱਲ ਕਰਦੇ ਸੀਗੇ ਜਲੇ ਆਪਣੇ ਕਮਾਲ ਦੀ ਕਰ ਗਿਆ ਪਰ ਮੈਨੂੰ ਇੱਕ ਗੱਲ ਦਾ ਗਰਜਾ ਸਾਹਿਬ ਹਮੇਸ਼ਾ ਹੀ ਨਹੀਂ ਪਤਾ ਲੱਗ ਰਿਹਾ ਵੀ ਸਾਡੇ ਪੰਜਾਬ ਦੀ ਧਰਤੀ ਦੀ ਜਿਹੜੀ ਵੀ ਸਰਕਾਰ ਆ ਇਹ ਪੰਜਾਬੀ ਵੋਟਰਾਂ ਦੇ ਦੁਆਰਾ ਚੁਣੀ ਗਈ ਜਦੋਂ ਮਾਂ ਬੋਲੀ ਦੀ ਜਾਂ ਸਾਡੇ ਸੱਭਿਆਚਾਰ ਦੀ ਜਾਂ ਵਿਰਾਸਤ ਦੀ ਕੋਈ ਗੱਲਬਾਤ ਆਉਂਦੀ ਹੈ ਅਤੇ ਉੱਤੋਂ ਉਹ ਵੀਰ ਮੇਰੇ ਕੰਨੀ ਕਿਉਂ ਕਤਰਾਉਂਦੇ ਆ ਅਤੇ ਪੰਜਾਬ ਦੀ ਧਰਤੀ ਉੱਤੇ ਜਿਹੜੇ ਪੰਜਾਬ ਦੀ ਧਰਤੀ ਦਾ ਪਾਣੀ ਪੀਂਦੇ ਉੱਥੋਂ ਦੀ ਆਬੋ ਹਵਾ ਸਾਹ ਲੈਂਦੇ ਆ ਪੰਜਾਬ ਦੀ ਧਰਤੀ ਦੇ ਉੱਤੇ ਉਹਨਾਂ ਦੇ ਮਕਾਨ ਬਣਾਏ ਹੋਏ ਆ ਉਹ ਉੱਥੋਂ ਦਾ ਅੰਨ ਪਾਣੀ ਛਕਦੇ ਆ ਅਤੇ ਉੱਥੇ ਹੀ ਸਮਾਜ ਦੇ ਵਿੱਚੋਂ ਵੱਡੇ ਹੋ ਕੇ ਉਹ ਵੋਟਾਂ ਲੈਂਦੇ ਆ ਅਤੇ ਜਦੋਂ ਗੱਲਬਾਤ ਆਉਂਦੀ ਹੈ ਸਾਡੀ ਆਪਣੀ ਮਾਂ ਬੋਲੀ ਪੰਜਾਬੀ ਦੀ ਅਤੇ ਉਦੋਂ ਕਿਉਂ ਕੰਨੀ ਕਤਰਾਉਣੀ ਸ਼ੁਰੂ ਕਰ ਦਿੰਦੇ ਆ ਆਪਾਂ ਇਹ ਗੱਲ ਦਾ ਜਵਾਬ ਦਰਸ਼ਕਾਂ ਤੋਂ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਇਹ ਗੱਲ ਔਨ ਏਅਰ ਬੇਸਿਕਲੀ ਹੋਈ ਗਈ ਹੈਗੀ ਆ ਇਸ ਸਵਾਲ ਦੇ ਜਵਾਬ ਦਾ ਤਾਂ ਤੁਹਾਨੂੰ ਵੀ ਪਤਾ ਹੈਗਾ ਲੇਕਿਨ ਆਪਾਂ ਚਾਹਾਂਗੇ ਕਿ ਸਾਡੇ ਕੁਝ ਦਰਸ਼ਕ ਇਹਦੇ ਬਾਰੇ ਥੋੜ੍ਹਾ ਬਹੁਤਾ ਚਾਨਣਾ ਪਾਉਣ ਤਾਂ ਕਿ ਉਹਦੀ ਇਨਵੋਲਵਮੈਂਟ ਸਾਡੇ ਨਾਲ ਵਧੀਆ ਰਹੇ ਜੇ ਉਹਨਾਂ ਨੇ ਵੋਟ ਕਲਚਰ ਦਾ ਕਰਕੇ ਇਹ ਜਿਹੜੀ ਕਾਨਫਰੰਸ ਮੁਲਤਵੀ ਕਰਤੀ ਆ ਅਤੇ ਆਈ ਫੀਲ ਮਾਈਸੈਲਫ ਰੀਲੀ ਡਿਸਟਰਬਡ ਇਸ ਗੱਲ ਤੋਂ ਵੀ ਜੇ ਉਹਦੇ ਪਿੱਛੇ ਇਸ ਤਰ੍ਹਾਂ ਦਾ ਕੋਈ ਕਾਰਨ ਹੈ ਅੱਛਾ ਮੈਂ ਭਾਈ ਸਾਹਿਬ ਸਤਨਾਮ ਸਿੰਘ ਹੁਣਾਂ ਬਾਰੇ ਗੱਲ ਕਰ ਰਿਹਾ ਸੀ ਅਤੇ ਉਹਨਾਂ ਨੇ ਇਹ ਕਾਰਜ ਕਰਕੇ ਸਾਰੇ ਆਨੰਦ ਕਾਰਜ ਦੇ ਬਾਅਦ ਕਿਤੇ ਡਿਟੇਲ ਦੇ ਵਿੱਚ ਆਪਾਂ ਉਹਨਾਂ ਨੂੰ ਸੱਦਾਂਗੇ ਉਹਨਾਂ ਦੀ ਜ਼ਬਾਨੀ ਗੱਲ ਸੁਣਾਂਗੇ ਅਤੇ ਉਹਨਾਂ ਨੇ ਆਪਣੇ ਫਾਦਰ ਸਾਹਿਬ ਦਾ ਬਾਅਦ ਵਿੱਚ ਭੋਗ ਪਾਇਆ ਜੱਗੀ ਭਾਜੀ ਔਨਲਾਈਨ ਆ ਗਏ ਜੀ ਹਾਂਜੀ ਹੈਲੋ ਹੈਲੋ ਹਾਂਜੀ ਜਗਤਾਰ ਸਿੰਘ ਜੀ ਜੱਗੀ ਫਰੋਮ ਜਸ ਪੰਜਾਬੀ ਕੈਲੀਫੋਰਨੀਆ ਸੋਰੀ ਨਿਊਯਾਰਕ ਜੱਗੀ ਭਾਜੀ ਤੁਹਾਡੇ ਨਾਲ ਤੁਹਾਡੇ ਮੁਲਕ ਜਾ ਕੇ ਤੁਹਾਡੇ ਟੈਲੀਵਿਜ਼ਨ ਦੇ ਉੱਤੇ ਗੱਲ ਕਰਕੇ ਬੜੀ ਖੁਸ਼ੀ ਹੋਈ ਅੱਜ ਸਾਨੂੰ ਵੀ ਉਨੀ ਖੁਸ਼ੀ ਹੋ ਰਹੀ ਹੈ ਜਿੰਨੀ ਤੁਹਾਨੂੰ ਖੁਸ਼ੀ ਹੋਈ ਸੀਗੀ ਜਦੋਂ ਟੈਲੀਵਿਜ਼ਨ 'ਤੇ ਤੁਹਾਨੂੰ ਸਾਨੂੰ ਸਮਾਂ ਦਿੱਤਾ ਤੁਸੀਂ ਸਾਨੂੰ ਸੋ ਅਸੀਂ ਜਸ ਪੰਜਾਬੀ ਦੇ ਜ਼ਰੀਏ ਆਪਣੇ ਵਿਚਾਰ ਪੇਸ਼ ਕੀਤੇ ਅੱਜ ਤੁਹਾਡੇ ਵਿਚਾਰ ਲੈਣੇ ਚਾਹਾਂਗੇ ਕਿਉਂਕਿ ਤੁਸੀਂ ਗੱਲ ਕਰ ਰਹੇ ਸੀਗੇ ਕਿ ਬਿੱਲੀ ਦੇ ਗੱਲ ਟੱਲੀ ਕੌਣ ਪਾਊਗਾ ਪ੍ਰੋਗਰਾਮ ਵਿਰਸੇ ਦੇ ਵਾਰਸ ਇਹ ਲੱਚਰ ਗਾਇਕੀ ਨੂੰ ਮੁਖਾਤਬ ਕਰਕੇ ਸ਼ੁਰੂ ਕੀਤਾ ਗਿਆ ਸੀਗਾ ਇਹਦੇ 'ਚ ਅਸੀਂ ਜ਼ਿਆਦਾਤਰ ਤਾਂ ਲੱਚਰ ਗਾਇਕੀ ਦੇ ਖਿਲਾਫ਼ ਹੀ ਗੱਲਾਂ ਕਰੀਦੀਆਂ ਜਾਣੀ ਲੋਕਾਂ ਨੂੰ ਜਾਗਰੂਕ ਕਰੀਦਾ ਹੈਗਾ ਤੁਸੀਂ ਆਪਣੇ ਟੈਲੀਵਿਜ਼ਨ ਰਾਹੀਂ ਕੀ ਕਰਦੇ ਹੋ ਲੋਕਾਂ ਨਾਲ ਸਾਂਝ ਪਾਓ ਅਤੇ ਨਾਲ ਦੀ ਨਾਲ ਤੁਸੀਂ ਇਸ ਪ੍ਰੋਗਰਾਮ ਨੂੰ ਅੱਗੇ ਕਿਵੇਂ ਲੈ ਕੇ ਜਾ ਸਕਦੇ ਹੋ ਜੀ ਗੱਡੇ ਸਾਹਿਬ ਸਭ ਤੋਂ ਪਹਿਲਾਂ ਤਾਂ ਮਿੱਠੇ ਦੇ ਵਾਰਸ ਪ੍ਰੋਗਰਾਮ ਸੁਣਨ ਵਾਲੇ ਸਾਰੇ ਪੰਜਾਬੀਆਂ ਨੂੰ ਜੀ ਜਿੱਥੇ ਵੀ ਕਿਤੇ ਬੈਠੇ ਆਉਂਦੇ ਨੇ ਆਵਾਜ਼ ਮੇਰੀ ਜੀ ਸਭ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਅਤੇ ਨਾਲ ਦੀ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਮੈਨੂੰ ਯੂਕੇ ਦੇ ਪੰਜਾਬੀਆਂ ਦੇ ਰੂਬਰੂ ਕਰ ਰਹੇ ਹੋ ਜੀ ਜੀ ਅਤੇ ਬਾਕੀ ਰਹੀ ਲੱਚਰ ਗਾਇਕੀ ਦੀ ਜਾਂ ਪੰਜਾਬੀ ਦੀ ਗੱਲ ਜੀ ਤੇ ਉਹ ਅਸੀਂ ਵੀ ਇੱਥੇ ਕੋਸ਼ਿਸ਼ ਕਰਦੇ ਮਾੜੀ ਮੋਟੀ ਜਸ ਪੰਜਾਬੀ ਟੀਵੀ 'ਤੇ ਲਾਈਵ ਪ੍ਰੋਗਰਾਮ ਹੁੰਦਾ ਡੇਲੀ ਵੀਕਡੇ 'ਚ ਜੀ ਤੁਹਾਡੇ ਨਾਲ ਗੱਲ ਯੂਕੇ ਦੇ ਸਰੋਤਿਆਂ ਨਾਲ ਗੱਲ ਕਰਕੇ ਹੋਰ ਵੀ ਵਧੀਆ ਮਹਿਸੂਸ ਹੋ ਰਿਹਾ ਜੀ ਜੱਗੀ ਭਾਜੀ ਬਹੁਤ ਸਾਰੇ ਜਿਹੜੇ ਹੈਗੇ ਆ ਇੰਗਲੈਂਡ ਤੋਂ ਯੂਰਪ ਤੋਂ ਲੋਕ ਅਮੈਰੀਕਾ ਕੈਨੇਡਾ ਜਾਂਦੇ ਆ ਤੁਹਾਡੇ ਪ੍ਰੋਗਰਾਮ ਦੇਖਦੇ ਆ ਤੁਹਾਡਾ ਪ੍ਰੋਗਰਾਮ ਜੱਗੀ ਦੇ ਜਲਵੇ ਬੜਾ ਚਰਚਿਤ ਪ੍ਰੋਗਰਾਮ ਹੈਗਾ ਨੌਰਥ ਅਮੈਰੀਕਾ 'ਚ ਕੀ ਤੁਸੀਂ ਇਹ ਜ਼ਿੰਮੇਵਾਰੀ ਲਓਗੇ ਅੱਜ ਅਕਾਲ ਚੈਨਲ ਦੇ ਮਾਧਿਅਮ ਰਾਹੀਂ ਕਿ ਤੁਸੀਂ ਵੀ ਕੋਈ ਇਹੋ ਜਿਹਾ ਖਾਸ ਪ੍ਰੋਗਰਾਮ ਸ਼ੁਰੂ ਕਰੋਗੇ ਜਿਹੜਾ ਕਿ ਲੱਚਰ ਗਾਇਕੀ ਵੱਲ ਨੂੰ ਹੋ ਤੁਰੇ ਪ੍ਰਦੂਸ਼ਿਤ ਗਾਇਕੀ ਦੇ ਖਿਲਾਫ਼ ਜਿਹੜੀ ਮੁਹਿੰਮ ਵਿੱਢਣ ਦੀ ਲੋੜ ਜ਼ਿਆਦਾ ਜੀ ਲੱਚਰ ਗਾਇਕੀ ਦੀ ਅਸੀਂ ਗੱਲ ਕਰੀਏ ਤੇ ਪਹਿਲੇ ਸਮਿਆਂ ਤੋਂ ਅਗਰ ਕਰਤਾਰ ਰਮਲਾ ਆਚਰਨ ਗਰੇਵਾਲ ਈਵਨ ਮੁਹੰਮਦ ਸ਼ਰੀਕ ਸਾਹਿਬ ਦੇ ਵੀ ਕੁਝ ਗੀਤ ਜਿਹੜੇ ਹੈਗੇ ਨੇ ਜੀ ਉਸ ਸਮੇਂ ਹਾਂ ਜੱਗੀ ਵੀਰ ਮੈਂ ਇੱਕ ਗੱਲ ਕਰਨੀ ਚਾਹੁੰਦਾ ਆਪਾਂ ਕਿਸੇ ਗਾਇਕ ਕਲਾਕਾਰ ਦਾ ਨਾਂ ਨਾ ਲਈਏ ਕਿਉਂਕਿ ਇਹਨਾਂ ਵਿੱਚੋਂ ਇਹ ਸਾਰੇ ਹੀ ਕਲਾਕਾਰ ਜਿੰਨਿਆਂ ਦਾ ਵੀ ਤੁਸੀਂ ਨਾਂ ਲਿਆ ਸਾਡੇ ਵਾਸਤੇ ਮੈਂ ਇਹ ਗੱਲ ਮਹਿਸੂਸ ਕਰਦਾ ਕਿ ਸਤਿਕਾਰ ਦੇ ਪਾਤਰ ਨੇ ਇਹਨਾਂ ਤੋਂ ਆਪਣੇ ਭੈੜਾ ਉਹਨਾਂ ਦੇ ਕੁਝ ਗੀਤਾਂ ਦੀ ਗੱਲ ਕਰਦੇ ਜੀ ਹਾਂਜੀ ਹਾਂਜੀ ਬਿਲਕੁਲ ਇਹਨਾਂ ਤੋਂ ਭੈੜਾ ਗਾਉਣ ਵਾਲੇ ਹੋਰ ਕਹਿ ਸਕਦੇ ਆ ਜੀ ਤੇ ਜਿਨ੍ਹਾਂ ਨੂੰ ਇਹ ਕਹਿ ਸਕਦੇ ਕਿ ਉਹ ਤੋਂ ਵੀ ਇਹ ਚੀਜ਼ ਜਿਹੜੇ ਸਾਡੇ ਗਾਇਕੀ ਦਾ ਸ਼ੁਰੂ ਤੋਂ ਅੰਗ ਚੱਲਿਆ ਆ ਰਿਹਾ ਹੈ ਹਾਂਜੀ ਇਹਨਾਂ ਹਾਂ ਆਪਾਂ ਇਦਾਂ ਗੱਲ ਕਰੀਏ ਵੀ ਇਹਨਾਂ ਤੋਂ ਭੈੜਾ ਗਾਉਣ ਵਾਲੇ ਵੀ ਬਹੁਤ ਸੀ ਤੇ ਆਪਾਂ ਸਧਾਰਨ ਗੱਲ ਕਰੀਏ ਵੀ ਗਾਇਕੀ ਜਿਹੜੀ ਆ ਸ਼ਬਦਾਂ ਦੇ ਵਿੱਚ ਜਿਹੜੀ ਲੱਚਰਤਾ ਆ ਉਹ ਪੰਜਾਬੀ ਆਪਣੇ ਗਾਇਕੀ ਦੇ ਵਿੱਚ ਪਹਿਲਾਂ ਤੋਂ ਤੁਰੀ ਆ ਰਹੀ ਆ ਅਤੇ ਅੱਜ ਕੋਈ ਨਵਾਂ ਗੱਲ ਨਹੀਂ ਪਰ ਹੁਣ ਦਾ ਜਿਹੜਾ ਸਮਾਂ ਜਿਹੜੀ ਤੁਸੀਂ ਹਥਿਆਰਾਂ ਦੀ
ਇਹ ਨਸ਼ਿਆਂ ਦੀ ਜਾਂ ਹੋਰ ਕੁਝ ਭੈੜੀਆਂ ਜਿਹੜੀਆਂ ਗੱਲਾਂ ਬਾਤਾਂ ਸਾਡੇ ਸਮਾਜ ਦੇ ਵਿੱਚ ਕ੍ਰੀਤੀਆਂ ਜਿਹੜੀ ਆ ਗੱਲਬਾਤ ਜਿਹੜੀ ਉਹ ਸਾਡੇ ਸਾਹਮਣੇ ਨੰਗੇਜ ਦੀ ਫਾਰਮ ਦੇ ਵਿੱਚ ਆਪਣੇ ਦਿਖਾਈ ਆ ਰਹੀ ਆ ਸਾਡੇ ਪੰਜਾਬੀਆਂ ਦੇ ਘਰਾਂ ਦੇ ਵਿੱਚ ਉਹਦੇ ਬਾਰੇ ਆਪਾਂ ਕੁਝ ਗੱਲ ਕਰੀਏ ਵੀ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਨਹੀਂ ਉਹਦੇ ਬਾਰੇ ਮੈਂ ਸਮਝਦਾ ਜੀ ਮੇਰੇ ਨਾਲ ਸਾਰੇ ਜਿਹੜੇ ਦੋਸਤ ਖੇਤਰ ਨੂੰ ਅਸੀਂ ਵੀ ਜਿਹੜੇ ਅੱਜ ਦੀ ਗਾਇਕੀ ਦੇ ਹੈਗੇ ਨੇ ਸਿੰਗਰ ਜਿਹਨਾਂ ਨੂੰ ਅੱਜ ਅਸੀਂ ਇੰਨੇ ਕੁ ਵਧੀਆ ਨਹੀਂ ਗਾਉਂਦੇ ਉਹ ਨਵੀਂ ਪੀੜ੍ਹੀ ਨੂੰ ਸੇਧ ਨਹੀਂ ਦੇ ਰਹੇ ਨਵੀਂ ਪੀੜ੍ਹੀ ਨੂੰ ਗੁੰਮਰਾਹ ਕਰ ਰਹੇ ਨੇ ਬਹੁਤ ਸਾਰੇ ਦੋਸਤ ਸਾਡੇ ਦੋਸਤ ਮਿੱਤਰ ਨੇ ਸਾਰੇ ਇਕੱਠੇ ਵਿਚਰਨ ਦਾ ਮੌਕਾ ਮਿਲਦਾ ਜੀ ਜਦੋਂ ਉਹਨਾਂ ਨੂੰ ਇਸ ਚੀਜ਼ ਦਾ ਪੁੱਛਦੇ ਆ ਆਪ ਉਹਨਾਂ ਦੀ ਅਗਰ ਤੁਸੀਂ ਨੇਚਰ ਦੀ ਗੱਲ ਕਰੋ ਉਹਨਾਂ ਦੇ ਸੁਭਾਅ ਦੀ ਗੱਲ ਕਰੋ ਉਹਨਾਂ ਦੇ ਮੇਰੇ ਪੈਸੇ ਦੀ ਗੱਲ ਕਰੋ ਤਾਂ ਬਹੁਤ ਜ਼ਿਆਦਾ ਉਹ ਸਾਊਂਡ ਨੇ ਜੀ ਚੁਟਕਲੇ ਚੱਕੇ ਇਧਰੋਂ ਚੱਕੇ ਉਧਰੋਂ ਚੱਕੇ ਵਿੱਚ ਕੁਛ ਡੋਲ ਵੀ ਨਹੀਂ ਚੱਕੇ ਤਾਂ ਉਹ ਫਿਲਮ ਨੇ ਬਿਜ਼ਨਸ ਬਹੁਤ ਜ਼ਿਆਦਾ ਕੀਤਾ ਇੱਥੇ ਹੁਣ ਤੁਸੀਂ ਆਪ ਹੀ ਹਿਸਾਬ ਲਾਓ ਵੀ ਅਸੀਂ ਕਿਹਨੂੰ ਜ਼ਿੰਮੇਵਾਰ ਕਹਿ ਸਕਦੇ ਸੋ ਤੁਹਾਡਾ ਕਹਿਣ ਤੋਂ ਬਾਅਦ ਸਾਡੇ ਦਰਸ਼ਕ ਜਿਹੜੇ ਆ ਉਹਨਾਂ ਨੂੰ ਕੁਝ ਨਾ ਕੁਝ ਹੀ ਕਰਨਾ ਪਏਗਾ ਕਿਉਂਕਿ ਸਿੰਗਰ ਜਿਹੜੇ ਆ ਤਦੇ ਰੋਕੇ ਜਾ ਸਕਦੇ ਆ ਦਰਸ਼ਕਾਂ ਦੀ ਜਿਹੜੀ ਡਿਮਾਂਡ ਆ ਉਹ ਘਟਣੀ ਚਾਹੀਦੀ ਆ ਇੱਕ ਤਾਂ ਨਹੀਂ ਗੱਲ ਸਾਹਿਬ ਇੱਕ ਜਿਹੜਾ ਸਮਾਂ ਚੇਂਜ ਹੋ ਗਿਆ ਨਾ ਜੀ ਜੀ ਪਹਿਲਾਂ ਜਿਹੜੀਆਂ ਗੱਲਾਂ ਸੀ ਜਿਹੜੀ ਜਿਹੜਾ ਕਾਰਨ ਹੈਗਾ ਕਿ ਜਿਹੜੀ ਇਹਨੂੰ ਠੱਲ ਪੈਣੀ ਮੁਸ਼ਕਲ ਲੱਗਦੀ ਆ ਉਹ ਨਹੀਂ ਪੈ ਰਹੀ ਇੱਕ ਕਾਰਨ ਇਹ ਹੈ ਕਿ ਪਹਿਲਾਂ ਜਿਹੜੀਆਂ ਚੀਜ਼ਾਂ ਅਸੀਂ ਸਮਝਦੇ ਸੀ ਕਿ ਅਸੀਂ ਇਹ ਚੀਜ਼ ਇਹ ਗੱਲ ਜਾਂ ਇਹ ਚੁਟਕਲਾ ਆਪਣੇ ਭਰਾ ਦੇ ਭੈਣ ਦੇ ਸਾਹਮਣੇ ਜਾਂ ਪਰਿਵਾਰ ਦੇ ਰੱਖ ਕੇ ਨਹੀਂ ਸੁਣ ਸਕਦੇ ਦੇਖ ਸਕਦੇ ਜੀ ਠੀਕ ਹੈ ਉਹ ਹੁਣ ਜਿਹੜੇ ਸ਼ਹਿਰਾਂ ਦੀ ਗੱਲ ਕਰੀਏ ਜਾਂ ਮਾਰਨ ਬਾਹਰਲੇ ਮੁਲਕਾਂ ਦੀ ਗੱਲ ਕਰੀਏ ਘਰਾਂ ਦੇ ਵਿੱਚ ਉਹ ਚੀਜ਼ਾਂ ਕਾਮਨ ਨੇ ਜਿੱਦਾਂ ਅਸੀਂ ਕੋਈ ਹਿੰਦੀ ਪ੍ਰੋਗਰਾਮ ਵੀ ਇਹੋ ਜਿਹੇ ਆਉਂਦੇ ਨੇ ਡਬਲ ਮੀਨਿੰਗ ਛੱਡੋ ਤੁਸੀਂ ਸਿੰਗਲ ਮੀਨਿੰਗ ਹੁੰਦੀ ਨੇ ਸਾਰਾ ਪਰਿਵਾਰ ਦੇਖ ਕੇ ਉਹਨੂੰ ਬੈਠ ਕੇ ਦੇਖਦੇ ਆ ਸੁਣਦੇ ਆ ਇੱਕ ਚੀਜ਼ ਤਾਂ ਇਹ ਹੈਗੀ ਕਿ ਲੋਕੀ ਇਸ ਚੀਜ਼ ਨੂੰ ਜਿਹੜੇ ਕੁਛ ਲੋਕ ਸਮਝਣ ਲੱਗ ਪਏ ਹੈਗੇ ਕਿ ਇਹ ਚੀਜ਼ ਜਿਹੜੀ ਲੱਚਰਤਾ ਦਾ ਹਿੱਸਾ ਨਹੀਂ ਹੈ ਜਾਂ ਘੱਟ ਹੈ ਜੀ ਉਹ ਚੀਜ਼ਾਂ ਵੀ ਜ਼ਿੰਮੇਵਾਰ ਹੈਗੀਆਂ ਜੀ 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 ਸੋ ਜਗੀ ਭਾਜੀ ਇਸ ਤੋਂ ਇਲਾਵਾ ਹੋਰ ਕੋਈ ਗੱਲ ਤੁਹਾਡੇ ਮਨ ਚ ਆਉਂਦੀ ਹੋਵੇ ਜਿਹੜੀ ਤੁਸੀਂ ਇੱਕ ਮਿੰਟ ਲਈ ਸਾਡੇ ਨਾਲ ਸਾਂਝੀ ਕਰਨੀ ਹੋਵੇ ਜੀ ਨਹੀਂ ਮੈਂ ਇਹੀ ਕਹਿੰਦਾ ਹੁੰਦਾ ਇਹੀ ਗੱਲ ਕਰਦਾ ਹੁੰਦਾ ਅਸੀਂ ਅੱਜ ਜਿੰਨੀ ਭਗਵੰਤ ਮਾਨ ਨਾਲ ਕਮੇਟੀ ਕੀਤੀ ਇੱਕ ਵੀ ਅਸੀਂ ਲੱਚਰ ਨਾਲ ਸ਼ਬਦ ਨਹੀਂ ਵਰਤਿਆ ਲੇਕਿਨ ਲੋਕਾਂ ਨੇ ਪਸੰਦ ਕੀਤੇ ਸਾਰੇ ਜੀ 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 ਕਲਾਕਾਰਾਂ ਵਾਸਤੇ ਇਹ ਹੈਗਾ ਵੀ ਅਗਰ ਤੁਸੀਂ ਹੁਣ ਬਹੁਤ ਵਧੀਆ ਕਲਾਕਾਰ ਜਿਹੜੇ ਹੈਗੇ ਨੇ ਗੁਰਦਾਸ ਮਾਨ ਨੇ ਸਰਤਾਜ ਨੇ ਹੋਰ ਬਹੁਤ ਸਾਰੇ ਕਲਾਕਾਰ ਨੇ ਲੋਕ ਪਸੰਦ ਕਰਦੇ ਨੇ ਸੁਣਦੇ ਨੇ ਜੀ ਜੀ ਔਰ ਇਹ ਤੁਸੀਂ ਹੈਰਾਨ ਹੋਵੋਗੇ ਇਹ ਗਾਇਕੀ ਜਿਹੜੀ ਗਾਇਕ ਹੈਗੇ ਨੇ ਮੈਂ ਮੇਰੇ ਕੋਲ ਇੱਕ ਇੰਟਰਵਿਊ ਕੀਤੀ ਮੈਂ ਸਾਡੇ ਇੱਥੇ ਸ਼ੁਰੂ ਸੀਗੇ ਕਲਾਕਾਰਾਂ ਦੇ ਜੀ ਆਪਣੀ ਗਾਇਕੀ ਤੇ ਭਰੋਸਾ ਨਹੀਂ ਹੈਗਾ ਚੱਲ ਗਈ ਚੱਲ ਗਈ ਸੋ ਇਹਦੇ ਚ ਜਿਹੜੀ ਲੱਚਰਤ ਗਾਇਕੀ ਹੈਗੀ ਜੀ ਦਰਸ਼ਕਾਂ ਨੂੰ ਵੀ ਇਹੋ ਜਿਹੇ ਗਾਇਕਾਂ ਨੂੰ ਜਿੱਦਾਂ ਇੱਕ ਦੇ ਰਾਤੋਂ ਰਾਤ ਯੂਟਿਊਬ ਤੇ ਮਿਲੀਅਨ ਡਾਲਰ ਮਿਲੀਅਨ ਹਿੱਟ ਪੈ ਜਾਂਦੇ ਨੇ ਮਿਲੀਅਨ ਕਲਿੱਕ ਪੈ ਜਾਂਦੇ ਨੇ ਜੀ ਉਹਨਾਂ ਦਾ ਦਿਮਾਗ ਖਰਾਬ ਹੋ ਜਾਂਦਾ ਉਹ ਸੋਨੇ ਹੀ ਉਹੋ ਜਿਹੇ ਨੇ ਸੋ ਯੂਥ ਨੂੰ ਕਿਸੇ ਤਰ੍ਹਾਂ ਯੂਥ ਇਹਨਾਂ ਨੂੰ ਚੀਜ਼ਾਂ ਨੂੰ ਮੇਰੇ ਖਿਆਲ ਦੱਸਣ ਦੀ ਸਮੇਂ ਤਾਂ ਜ਼ਿਆਦਾ ਨਹੀਂ ਆਇਆ ਕਰਦਾ ਠੀਕ ਆ ਕਿਸੇ ਤਰ੍ਹਾਂ ਕਿਸੇ ਹੋਰ ਤਰੀਕੇ ਨਾਲ ਸੇਧ ਦੇਣ ਦੀ ਲੋੜ ਹੈਗੀ ਆ ਠੀਕ ਹੈ ਠੀਕ ਹੈ ਧੰਨਵਾਦ ਜਗੀ ਜੀ ਆਪਾਂ ਪ੍ਰੋਗਰਾਮ ਤੋਂ ਬਾਅਦ ਫੋਨ ਤੇ ਲੰਬੀ ਗੱਲ ਕਰਾਂਗੇ ਆਉਣ ਵਾਲੇ ਸਮੇਂ 'ਚ ਆਪਾਂ ਰਾਬਤੇ 'ਚ ਰਹਾਂਗੇ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਕਰਦੇ ਰਹਾਂਗੇ ਅੱਜ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਧੰਨਵਾਦ ਜੀ ਜੀ ਸਾਹਿਬ ਆਪਣੇ ਕੋਲ ਇੱਕ ਮਿੰਟ ਹੈ ਬ੍ਰੇਕ ਤੇ ਜਾਣ ਤੋਂ ਪਹਿਲਾਂ ਹਾਂਜੀ ਬਿਲਕੁਲ ਗੱਲ ਆਪਣੇ ਕਮਾਲ ਦੀ ਕਰ ਗਏ ਇਹ ਮਸਲਾ ਇੱਥੇ ਗਰਚਾ ਸਾਹਿਬ ਜਿੱਥੇ ਆਪਣੇ ਲੱਚਰ ਗਾਇਕੀ ਦਾ ਉਹਦੇ ਨਾਲ ਡਿਮਾਂਡ ਐਂਡ ਸਪਲਾਈ ਦੀ ਗੱਲ ਵੀ ਜੁੜ ਗਈ ਆ ਬਿਲਕੁਲ ਯਾਨੀ ਡਿਮਾਂਡ ਆ ਮੈਂ ਆਪਣੇ ਤੁਹਾਨੂੰ ਦੱਸ ਦਿੰਦਾ ਇੱਕ ਕਾਲ ਨਹੀਂ ਇੱਕ ਸੱਜਣ ਮਿੱਤਰ ਜਿਹੜੇ ਆਪਣੇ ਵਿਆਹਾਂ ਸ਼ਾਦੀਆਂ ਦੇ ਉੱਤੇ ਡੀ ਜੇ ਆਪਣੇ ਚਲਾਉਂਦੇ ਆ ਜੀ ਉਹ ਮੇਰੇ ਕੋਲ ਆਏ ਅਤੇ ਮੈਨੂੰ ਇਹ ਗੱਲ ਕਹਿਣ ਲੱਗੇ ਵੀ ਜਿਹੜੇ ਗੀਤਾਂ ਦੀਆਂ ਤੁਸੀਂ ਅਕਸਰ ਗੱਲਾਂ ਕਰਦੇ ਆ ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਪਸੰਦ ਕਰਦਾ ਮੈਂ ਐਪਰੀਸ਼ੀਏਟ ਵੀ ਕਰਦਾ ਮੈਂ ਤੁਹਾਡੇ ਨਾਲ 100% ਸਹਿਮਤ ਹਾਂ
ਉਹ ਗੀਤ ਅਸੀਂ ਕਦੇ ਵੀ ਵਜਾਉਣਾ ਨਹੀਂ ਚਾਹੁੰਦੇ ਜੀ, ਪਰ ਜਦੋਂ ਆਪਣੇ ਸਾਡੇ ਨੂੰ ਪ੍ਰੋਗਰਾਮਾਂ ਦੇ ਉੱਤੇ ਵਾਰ ਵਾਰ ਇਹ ਗੱਲ ਕਹੀ ਜਾਂਦੀ ਆ ਵੀ ਆਹ ਗੀਤ ਲਾਓ ਆਹ ਗੀਤ ਲਾਓ, ਅਤੇ ਉਹਦੇ ਵਿੱਚ ਜਿਹੜੀ ਉਹਨਾਂ ਨੇ ਇੱਕ ਹੋਰ ਡਿਸਟਰਬਿੰਗ ਗੱਲ ਦੱਸੀ ਵੀ ਸਾਡੇ ਲੜਕਿਆਂ ਦਾ ਨਹੀਂ, ਉਹਦੇ ਵਿੱਚ ਸਾਡੀਆਂ ਬੱਚੀਆਂ ਸਾਡੀਆਂ ਲੜਕੀਆਂ ਦਾ ਵੀ ਰੋ ਰਿਹਾ ਵੀ ਜਿਹੜੀਆਂ ਆ ਕੇ ਇਸ ਗੀਤ ਨੂੰ ਦੱਸਦੀਆਂ ਉਹ ਪਰਿਵਾਰਾਂ ਦੇ ਮੈਂਬਰ ਦੇ ਆ, ਅਤੇ ਜੇ ਅਸੀਂ ਨਹੀਂ ਲਾਉਂਦੇ ਉਹ ਧਮਕੀ ਵੀ ਦਿੰਦੀਆਂ ਫਿਰ ਵੀ ਤੁਹਾਡਾ ਇੱਥੇ ਆਪਣੇ ਕੀ ਹਸ਼ਰ ਕੀਤਾ ਜਾਊਗਾ। ਤੁਹਾਡਾ ਕਹਿਣ ਤੋਂ ਭਾਵੇਂ ਸਾਡੇ ਪਰਿਵਾਰਾਂ ਨੂੰ ਪੇਰੈਂਟਸ ਨੂੰ ਬੱਚਿਆਂ ਨੂੰ ਐਜੂਕੇਟ ਕਰਨਾ ਪਏਗਾ। ਹਾਂਜੀ ਬਿਲਕੁਲ, ਸਾਨੂੰ ਆਪਣੇ ਆਪ ਤੇ ਇਹ ਗੱਲ ਸਾਡੇ ਆਪਣੇ ਘਰੋਂ ਸ਼ੁਰੂ ਹੋਣੀ ਹੈ ਜਦੋਂ ਅਸੀਂ ਇਹ ਗੱਲ ਕਰਦੇ ਹਾਂ, ਕਿਉਂਕਿ ਆਪਣਾ ਸਮਾਂ ਹੁਣ ਬ੍ਰੇਕ ਦੇ ਉੱਤੇ ਜਾਣਾ। ਮੈਂ ਤਾਂ ਇਹ ਗੱਲ ਕਹਾਂਗਾ ਕਿ ਜੱਗੀ ਨੇ ਇੱਕ ਗੱਲ ਬਹੁਤ ਕਮਾਲ ਦੀ ਕੀਤੀ ਆ, ਜਿੱਥੇ ਡਿਮਾਂਡ ਤੇ ਸਪਲਾਈ ਦੀ ਗੱਲ ਆ ਜੀ, ਉੱਥੇ ਆ ਕੇ ਅਸੀਂ ਕਈ ਵਾਰਾਂ ਜਿੰਨੀ ਮਰਜ਼ੀ ਤਰੱਦਦ ਕਰੀ ਜਾਈਏ, ਜਿੰਨੀਆਂ ਮਰਜ਼ੀ ਟੱਕਰਾਂ ਮਾਰੀ ਜਾਈਏ, ਅਸੀਂ ਬ੍ਰਿਕ ਵਾਲ ਦੇ ਅਗੇਂਸਟ ਆਪਣਾ ਜਿਹੜਾ ਸਿਰ ਭੰਨ ਰਹੇ ਹੋਵਾਂਗੇ। ਸਾਨੂੰ ਸੋ ਪੰਜਾਬੀਓ ਇਸ ਗੱਲ ਵੱਲ ਆਪਾਂ ਸਾਰੇ ਧਿਆਨ ਦਈਏ। ਅਸੀਂ ਗਾਉਣ ਵਾਲੇ ਗਾਇਕਾਂ ਨੂੰ ਤਾਂ ਆਪਣੇ ਬਦਨਾਮ ਕਰੀ ਜਾਂਦੇ, ਬਲੇਮ ਦੇਈ ਜਾਂਦੇ ਹਾਂ, ਪਰ ਅਸੀਂ ਆਪਣੇ ਅੰਦਰ ਵੀ ਝਾਤੀ ਮਾਰੀਏ ਵੀ ਸਾਡੇ ਸੋ ਸਵਾਦ ਕਿੱਦਾਂ ਦੇ, ਅਸੀਂ ਕਿਸ ਤਰ੍ਹਾਂ ਦਾ ਜਿਹੜਾ ਗੀਤ ਸੰਗੀਤ ਆ ਸੁਣਨਾ ਚਾਹੁੰਦੇ ਹਾਂ, ਆਪਣੇ ਪਰਿਵਾਰਾਂ ਦੇ ਵਿੱਚ ਵਜਾਉਣਾ ਚਾਹੁੰਦੇ ਹਾਂ। ਧੰਨਵਾਦ। ਸੋ ਫਿਰ ਦਰਸ਼ਕੋ, ਇਹ ਹਨ ਕੁਝ ਗੱਲਾਂ ਬ੍ਰੇਕ ਦੇ ਇਸ ਪਾਰ। ਜਿਵੇਂ ਆਪ ਨੂੰ ਪਤਾ, ਇਹ ਪ੍ਰੋਗਰਾਮ ਭਾਈ ਸਤਨਾਮ ਸਿੰਘ ਜੀ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੋਂ ਸਪੋਂਸਰ ਕੀਤਾ, ਉਹਨਾਂ ਬਾਰੇ ਗੱਲਬਾਤ ਹੋਰ ਹੱਲੇ ਬ੍ਰੇਕ ਤੋਂ ਬਾਅਦ ਦੱਸਣ ਵਾਲੀ ਰਹਿੰਦੀ ਆ, ਉਹ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ। ਲਓ ਇੱਕ ਲੈਨੇ ਬ੍ਰੇਕ, ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਰਾਬਤਾ ਰਹੇਗਾ। ਧੰਨਵਾਦ। Sumaya urgently needs someone who cares, not someone who could force her to work for scraps of food. Annika urgently needs someone to protect her, not someone who could beat her into doing things no child should. Shamia urgently needs someone to give her hope, not someone who would marry her when she's still just a child. Will you reach out and protect a child today? By calling 0800 035 4531 and sponsoring them with ActionAid. We're looking for someone who shares our belief that every child deserves to be safe from danger, exploitation, and abuse. Through your sponsorship, you'll help local ActionAid workers to create real change in the community. Change that lasts. Change you'll see for yourself through handwritten messages and pictures drawn just for you by the little boy or girl you sponsor. Right now, there's a child waiting for someone like you. Someone who'll help them grow up safe and happy. Not someone who'll hurt, exploit and abuse them. Please call 0800 035 4531 and sponsor a child with ActionAid today. Gran was a social worker before she got dementia. She cared for many children for most of her working life, and now she needs caring for. My Gran needs support on a daily basis from the moment she gets up. She needs help to dress, help to eat meals. Dementia has taken away the person that she was. My father was a pharmacist before he got dementia. As a busy professional, my father would be able to do everything for himself, and now he can't do anything at all. Every year, 225,000 people in the UK develop dementia. That's one person every 3 minutes. It can happen to you, your loved ones, anyone. But it's not an inevitable part of aging. That's why Alzheimer's Research UK wants you to have this free information pack. Call now on 0800 035 5987 or text RISK6 to 78866 for your free pack. It will help you think about your lifestyle and things you can do to help reduce your risk of developing dementia. It will also tell you about the early signs of dementia and what to do if you're worried. Call 0800 035 5987 or text RISK6 to 78866 and we'll send you a free pack. Please, do it now. Because this pack gives you everything you need to know about reducing your risk of dementia. Guru Nanak Dev Ji de Prakash Purv te Nankana Sahib Car Seva Trust Walo Pakistan Historical Gurdwara Sahib di Yatra da Prabandh kita gya hai.
जिस दी डायरेक्ट उड़ान लंदन तो 10 नवंबर नू ते वापसी 22 नवंबर नू है, जिस दा खर्चा सिर्फ 1,395 पाउंड्स है, जिस विच 4 स्टार होटल विच रहन दा इंतजाम है ते नाल दी नाल तुसी शॉपिंग भी कर सकते हो। बुकिंग करन ले आज ही संपर्क करो 0208-574-5030 या 0794-447-534। अनहोनी कदी भी हो सकती है, पर उसकी भरपाई सानू आप ही करनी पैंदी है। क्लेम हेल्प इटालिया दिंदी है गारंटी कॉम्पनसेशन, चाहे वो रोड एक्सीडेंट या काम के वक्त कोई दुर्घटना। कंपनी के MD मिस्टर अमरजीत सिंह अपने साला दे तजुर्बे नाल तुहानू वध तो वध मुआवजा दवाण लई तैयार होणगे, जिन्हां दीआं ब्रांचां लतीना ते ब्रेशा विच भी मौजूद हन। मुआवजा लैण लई जल्द तो जल्द संपर्क करो 3894916303। स्वागत है, तुसी वेख रहे हो विरसे दे वारस। ब्रेक तो बाद तुहाडा फिर स्वागत है जी। मेरा ख्याल है साढ़े कोल इक कॉल हैगी है, कॉल ते गल करन तो बाद जिहड़ी साडी पहली गलबात तो चालू रहेगी। वेखदे आ कौन हैगे कॉल ते। हैलो हैलो हेलो। हाँ जी हाँ जी, कौन? कंदोला साहब। हाँ जी, बलदेव कंदोला जी। बलदेव कंदोला जी, जी आए नो जी। जी आए नो वीर जी, सानू पता तुसी बड़े निराशा दे आलम च विचर रहे हो, क्योंकि वर्ल्ड पंजाबी कॉन्फ्रेंस जिहड़ी ओह कैंसल हो चुकी आ। ਤੁਹਾਡੀ ਇਹ ਪਹਿਲਾਂ ਹੀ ਵਿਚਾਰ ਸੋਚ ਸੀਗੀ, ਤੁਹਾਨੂੰ ਪਤਾ ਸੀਗਾ ਇਹ ਕੁਝ ਹੋਣਾ। ਆਪਾਂ ਬਹੁਤ ਲੰਬੀ ਗੱਲ ਇਸ ਵਿਸ਼ੇ ਦਾ ਨਹੀਂ ਕਰ ਰਹੇ, ਲੇਕਿਨ ਤੁਸੀਂ ਆਪਣਾ ਜਿਹੜਾ ਛੋਟ ਜਿਹਾ ਪ੍ਰਤੀਕਰਮ ਹੈਗਾ ਉਹ ਜਗ ਜਾਹਰ ਜ਼ਰੂਰ ਕਰੋ। ਹਾਂਜੀ ਬਿਲਕੁਲ, ਦੂਸਰੇ ਗਰਚਾ ਸਾਹਿਬ ਜੀ ਅਤੇ ਸਰਾਜ ਸਾਹਿਬ ਜੀ, ਬਹੁਤ ਬਹੁਤ ਧੰਨਵਾਦ। ਇੱਕ ਵਧੀਆ ਤੁਸੀਂ ਪ੍ਰੋਗਰਾਮ ਲੈ ਕੇ, ਹੋਰ ਪ੍ਰੋਗਰਾਮ ਲੈ ਕੇ ਆਏ ਹਾਂ ਜੀ, ਥੈਂਕ ਯੂ। ਅਤੇ ਆਪਾਂ ਨੂੰ ਇੰਡੀਆ ਤੋਂ ਸਰਾਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਮੁਲਤਵੀ ਹੋ ਗਏ ਪਹਿਲੇ ਕਾਨਫਰੰਸ ਸ਼੍ਰੋਮਣੀ ਕਮੇਟੀ ਜਿਹੜੀ ਪੰਜਾਬੀ ਦੀ ਕਰ ਰਹੀ ਸੀ, ਤੇ ਉਹਦਾ ਤਾਂ ਆਪਾਂ ਨੂੰ ਪਹਿਲਾਂ ਹੀ ਪਤਾ ਸੀ ਵੀ ਉਹ ਮੁਲਤਵੀ ਹੋ ਗਈ ਆ। ਕਿ ਜਦੋਂ ਆਪਾਂ ਪਿਛਲੇ ਹਫ਼ਤੇ ਆਪਾਂ ਗੱਲਬਾਤ ਵੀ ਕਰ ਰਹੇ ਸੀ ਤੇ ਮੇਰੇ ਸਾਥੀ ਕਹਿ ਰਹੇ ਸੀਗੇ ਕਿ ਮੈਨੂੰ ਲੱਗਦਾ ਕਿ ਇਹ ਸਿਰੇ ਨਹੀਂ ਚੜ੍ਹਨੀ, ਔਰ ਉਹ ਹੀ ਕੁਛ ਹੋਇਆ। ਔਰ ਇਹਦੇ ਵਿੱਚ ਕੋਈ ਅਚੰਬਾ ਵੀ ਨਹੀਂ ਹੈਗਾ ਕਿ ਬਈ ਉਹ ਸਿਰੇ ਨਹੀਂ ਚੜ੍ਹੀ, ਕਿਉਂਕਿ ਜਿਸ ਤਰ੍ਹਾਂ ਇਹ ਆਰਗੇਨਾਈਜ਼ ਕੀਤੀ ਜਾ ਰਹੀ ਸੀਗੀ ਤੇ ਉਹ ਲੱਗਦਾ ਹੀ ਸੀ ਕਿ ਕੁਛ ਨਾ ਕੁਛ ਅੜਚਣ ਜਿਹੜੀ ਆ ਉਹ ਆ ਜਾਣੀ ਆ। ਔਰ ਮੈਨੂੰ ਤਾਂ ਇਹ ਵੀ ਹੈ ਕਿ ਜੇ ਉਹ ਸਿਰੇ ਚੜ੍ਹ ਵੀ ਜਾਂਦੇ ਤੇ ਇਹਦੇ ਵਿੱਚੋਂ ਆਪਾਂ ਨੂੰ ਮਿਲਣਾ ਕੀ ਸੀ, ਉਹਦੇ ਤੇ ਵੀ ਸ਼ੱਕ ਸੀਗੀ। ਇਸ ਲਈ ਮੈਨੂੰ ਬੜੀ ਨਿਰਾਸ਼ਾ ਵੀ ਹੋਈ ਆ, ਦੁੱਖ ਵੀ ਹੋਇਆ, ਐਕਚੁਅਲੀ ਬਹੁਤ ਦੁੱਖ ਵੀ ਹੋਇਆ। ਔਰ ਕਈ ਸਾਥੀ ਜਿਹੜੇ ਕਿ ਤਿਆਰ ਬਰ ਤਿਆਰ ਬੈਠੇ ਸੀ ਕਿ ਜੀ ਅਸੀਂ ਉਸ ਕਾਨਫਰੰਸ ਤੇ ਜਾਵਾਂਗੇ, ਤੇ ਉਹਨਾਂ ਦੇ ਇਕੱਲੇ ਪੈਸੇ ਹੀ ਨਹੀਂ ਖਰਾਬ ਹੋਏ, ਉਹਨਾਂ ਦਾ ਅੰਦਰੋਂ ਦਿਲ ਵੀ ਬੜਾ ਦੁਖੀ ਹੋਇਆ। ਬਿਲਕੁਲ, ਇਸ ਲਈ ਆਪਾਂ ਤਾਂ ਕਹਿ ਰਹੇ ਹਾਂ ਕਿ ਜੀ ਉਹ ਕਾਨਫਰੰਸ ਮੁਲਤਵੀ ਹੋਈ ਆ। ਮੇਰਾ ਖਿਆਲ ਹੈ ਕਿ ਉਸ ਕਾਨਫਰੰਸ ਦਾ ਖਾਤਮਾ ਹੀ ਆ, ਮੁਲਤਵੀ ਨਹੀਂ ਹੋਈ ਹੈਗੀ। ਕਿ ਮੇਰਾ ਖਿਆਲ ਨਹੀਂ ਹੈਗਾ ਕਿ ਤੁਸੀਂ ਜਾਂ ਮੈਂ ਜਾਂ ਹੋਰ ਸਾਥੀ, ਜੇਕਰ ਉਹ ਸ਼੍ਰੋਮਣੀ ਕਮੇਟੀ ਵਾਲੇ ਕਾਨਫਰੰਸ ਨੂੰ ਹੋਰ 2 ਮਹੀਨਿਆਂ ਤਾਈਂ ਜੇ ਆਰਗੇਨਾਈਜ਼ ਕਰਦੇ ਵੀ ਆ, ਤੇ ਮੇਰਾ ਖਿਆਲ ਨਹੀਂ ਹੈਗਾ ਕਿ ਤੁਸੀਂ ਜਾਂ ਮੈਂ ਜਾਂ ਹੋਰ ਸਾਥੀ ਜਾਣ ਲਈ ਤਿਆਰ ਹੋਣਗੇ। ਕਿ ਕੀ ਪਤਾ ਵੀ ਇੱਕ ਦਿਨ ਪਹਿਲਾਂ ਵੀ ਉੱਥੇ ਤੁਸੀਂ ਪਹੁੰਚ ਜਾਓ ਤੇ ਉਹ ਇੱਕ ਦਿਨ ਪਹਿਲਾਂ ਵੀ ਉਹਨੂੰ ਮੁਲਤਵੀ ਕਰ ਸਕਦੇ ਆ। ਔਰ ਦੂਸਰਾ ਇਹ ਹੈ ਕਿ ਬਈ ਉਹਨਾਂ ਦਾ ਜਿਹੜਾ ਵਕਾਰ ਆ ਉਹ ਬਹੁਤ ਡੈਮੇਜ ਹੋ ਚੁੱਕਾ, ਔਰ ਉਹਨਾਂ ਤੇ ਕੋਈ ਵੀ ਕਦੇ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਸੋ ਕਦੋਲਾ ਸਾਹਿਬ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਇੱਥੇ ਇੰਗਲੈਂਡ 'ਚ ਯੂਰਪ 'ਚ ਪੰਜਾਬੀ ਬਾਰੇ ਚਿੰਤਾ ਕਰਨੀ ਘੱਟ ਕਰ ਦੇਣੀ ਜਾਂ ਬੰਦ ਕਰ ਦੇਣੀ ਆ। ਆਪਾਂ ਨੂੰ ਤਾਂ ਨਿਰੰਤਰ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣੀ ਚਾਹੀਦੀਆਂ ਨਾ ਕਿ। ਬਿਲਕੁਲ ਬਿਲਕੁਲ, ਮੈਂ ਤਾਂ ਇਹ ਵੀ ਕਹੂੰਗਾ ਕਿ ਬਈ ਆਪਾਂ ਨੂੰ ਉਹਨਾਂ ਤੇ ਕੋਈ ਉਮੀਦ ਰੱਖਣੀ ਚਾਹੀਦੀ ਵੀ ਨਹੀਂ ਸੀਗੀ ਪਹਿਲਾਂ ਹੀ। ਆਪਾਂ ਕੰਮ ਕਰ ਰਹੇ ਨਾ ਦੂਸਰੇ ਇੰਗਲੈਂਡ ਦੇ ਵਿੱਚ ਹੋਇਆ ਜਾਂ ਉੱਥੇ ਕੈਨੇਡਾ ਦੇ ਵਿੱਚ ਲੋਕ ਕਰ ਰਹੇ ਆ, ਆਪਾਂ ਉਹਨਾਂ ਨੂੰ ਸਮਾਂ ਡਬਲ ਕਰ ਦਈਏ ਆਪਣੀ। ਬਿਲਕੁਲ, ਬਹੁਤ ਵਧੀਆ ਗੱਲ ਜੀ। ਮੇਰਾ ਖਿਆਲ ਹੈਗੀ ਆ, ਹਾਂ ਮੈਂ ਅਸੀਂ ਇਹ ਚਾਹੁੰਦੇ ਸੀ ਕਿ ਤੁਹਾਡੇ ਵਿਚਾਰਾਂ ਚੋਂ ਇਹ ਗੱਲ ਸਾਹਮਣੇ ਆਵੇ ਕਿ ਅਸੀਂ ਅੱਗੇ ਨੂੰ ਵੀ ਜ਼ਿਆਦਾ
ਗੰਭੀਰਤਾ ਨਾਲ ਕੋਸ਼ਿਸ਼ ਕਰਨੀ ਸ਼ੁਰੂ ਕਰਦੀ। ਹੋਰ ਇਹ ਤੋਂ ਇਲਾਵਾ ਛੋਟ ਵਿੱਚ ਕੀ ਕਹਿਣਾ ਚਾਹੁੰਦੇ ਜੀ? ਹਾਂਜੀ ਉਹ ਇਹੀ ਹੈ ਜੀ ਕਿ ਆਪਾਂ ਨੂੰ ਨਾ ਉਹਨਾਂ ਤੋਂ ਜਿਹੜੀ ਉਮੀਦ ਆਪਾਂ ਰੱਖਦੇ ਹਾਂ ਨਾ ਉਹਨੂੰ ਆਪਾਂ ਛੱਡ ਦਈਏ, ਕਿਉਂਕਿ ਸਾਨੂੰ ਫਿਰ ਉਮੀਦ ਹੋ ਜਾਂਦੀ ਆ ਤੇ ਉਹਦੇ ਤੇ ਫਿਰ ਆਸ ਲੱਗ ਜਾਂਦੀ ਆ। ਉਹ ਆਸ ਲੱਗਣ ਤੋਂ ਜਦੋਂ ਪੂਰੀ ਨਾ ਹੋਵੇ ਫਿਰ ਉਹ ਤੁਹਾਨੂੰ ਹੁਣ ਸਾਨੂੰ ਵੀ ਮਹਿਸੂਸ ਹੁੰਦਾ ਯਾਰ ਅਸੀਂ ਪੰਜਾਬੀ ਭਾਸ਼ਾ ਦੇ ਮਗਰ ਮੱਲੋ ਮੱਲੀ ਪਏ ਹੋਏ ਆ, ਪਰ ਅਸੀਂ ਉਹ ਛੱਡਣਾ ਨੀ ਹੈਗਾ। ਬਿਲਕੁਲ ਹਨਾ, ਧੰਨਵਾਦ। ਤੇ ਉਹ ਜਿਹੜੀ ਚੀਜ਼ ਆ ਉਹ ਆਪਾਂ ਜਾਰੀ ਰੱਖਾਂਗੇ ਔਰ ਜਾਰੀ ਰਹੂਗੀ ਵੀ ਆਪਾਂ ਨੂੰ ਉਹਨਾਂ ਤੇ ਸ਼੍ਰੋਮਣੀ ਕਮੇਟੀ ਤੇ ਜਾਂ ਪੰਜਾਬ ਦੀ ਸਰਕਾਰ ਤੇ ਕੋਈ ਵੀ ਉਮੀਦ ਨਹੀਂ ਰੱਖ। ਸ਼ੁਕਰੀਆ ਕਦੋੜਾ ਸਾਹਿਬ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਜਿਵੇਂ ਮੈਂ ਤੁਹਾਡਾ ਬੇਨਤੀ ਕੀਤੀ ਸੀਗੀ ਕਿ ਮੈਂ ਪੰਜਾਬ ਜਾ ਰਿਹਾ ਅਗਲੇ ਹਫਤੇ ਤੇ ਉੱਥੋਂ ਜਿਹੜੀਆਂ ਖਬਰਾਂ ਮੇਰੇ ਸਾਹਮਣੇ ਆਉਣਗੀਆਂ ਉਹ ਨੋਟ ਕਰਕੇ ਆਵਾਂਗੇ ਕਿ ਆਉਂਦੇ ਆ ਸਾਰ ਤੁਹਾਡੇ ਨਾਲ ਇਸ ਵਿਸ਼ੇ 'ਤੇ ਇੱਕ ਪ੍ਰੋਗਰਾਮ ਫਿਰ ਕਰਾਂਗੇ ਉਹ ਮਿਡਲ ਆਫ ਅਕਤੂਬਰ 'ਚ। ਬਹੁਤ ਬਹੁਤ ਸਮਾਂ ਦੇਣ ਲਈ ਧੰਨਵਾਦ ਜੀ, ਸ਼ੁਕਰੀਆ ਜੀ। ਇਹ ਬਿਲਕੁਲ ਜੀ ਬੜੀ ਦੇਖੋ ਕੰਮ ਦੀ ਗੱਲ ਕਰ ਗਿਆ ਕੰਦੋੜਾ ਸਾਹਿਬ, ਜਿਹੜੀ ਉਹ ਕਹਿ ਗਿਆ ਵੀ ਆਪਾਂ ਨੂੰ ਜਾਣੀ ਹੋਰ ਵੀ ਜਿਹੜੇ ਕਮਰ ਕੱਸੇ ਆਪਣੇ ਜ਼ਿਆਦਾ ਕੱਸਣ ਦੀ ਜ਼ਰੂਰਤ ਆ। ਮੈਂ ਆਪਣੇ ਸੁਣਨ ਵਾਲੇ ਪੰਜਾਬੀਆਂ ਨੂੰ ਇਸ ਗੱਲ ਦੀ ਇਹਨਾਂ ਦੇਸ਼ਾਂ ਦੇ ਵਿੱਚ ਔਰ ਜਿੱਥੇ ਤੱਕ ਵੀ ਇਹ ਪ੍ਰੋਗਰਾਮ ਸੁਣਿਆ ਜਾ ਰਿਹਾ ਵੀ ਜਿੰਨੀ ਦੇਰ ਤੱਕ ਤੁਸੀਂ ਸਿਦਕ ਸਿਰੜ ਅਤੇ ਸ਼ਿੱਦਤ ਦੇ ਨਾਲ ਆਪਣੀ ਬੋਲੀ ਵਿਰਸੇ ਸੱਭਿਆਚਾਰ ਜਾਂ ਪੁਰਖਿਆਂ ਦੀਆਂ ਜਿਹੜੀਆਂ ਸਾਡੀਆਂ ਸਿਹਤਮੰਦ ਵਿਰਾਸਤੀ ਕਦਰਾਂ ਕੀਮਤਾਂ ਸੀ ਉਹਨਾਂ ਦੀ ਗੱਲ ਨਹੀਂ ਕਰਦੇ ਉਨੀ ਦੇਰ ਤੱਕ ਸਾਨੂੰ ਜਿਹੜੇ ਆਪਣੇ ਸਮਾਜ ਦੇ ਵਿੱਚੋਂ ਜਿਹੜੇ ਮੈਂ ਤਾਂ ਇਹਨਾਂ ਨੂੰ ਸਾਰਿਆਂ ਨੂੰ ਨਵੇਂ ਚੈਲੰਜ ਹੀ ਗਿਣਦਾ, ਇਹ ਚੈਲੰਜਸ ਆਉਂਦੇ ਰਹਿਣੇ ਆ। ਬਿਲਕੁਲ। ਸੋ ਆਪਾਂ ਇਸ ਕਾਨਫਰੰਸ ਦੇ ਕੈਂਸਲ ਹੋਣ ਨੂੰ ਆਪਾਂ ਇੱਦਾਂ ਨਾ ਲਈਏ ਵੀ ਪੰਜਾਬੀ ਮਾਂ ਬੋਲੀ ਦੇ ਵਾਸਤੇ ਕੋਈ ਬਹੁਤ ਵੱਡਾ ਆਪਣੇ ਇਹ ਝਟਕਾ ਆ ਜਾਂ ਸਦਮਾ ਆ। ਜਿੰਨੀ ਦੇਰ ਤੱਕ ਜਿਨ੍ਹਾਂ 143 ਦੇਸ਼ਾਂ ਦੇ ਵਿੱਚੋਂ 106 ਦੇਸ਼ਾਂ ਦੇ ਵਿੱਚ ਇਹ ਪ੍ਰੋਗਰਾਮ ਦੇਖਿਆ ਜਾ ਰਿਹਾ ਉੱਥੇ ਬੈਠੇ ਪੰਜਾਬੀ ਆਪਣੀ ਮਾਂ ਬੋਲੀ ਦੇ ਨਾਲ ਜੁੜੇ ਹੋਏ ਉਹਨਾਂ ਨੂੰ ਪੰਜਾਬੀ ਮਾਂ ਬੋਲੀ ਦੇ ਉੱਤੇ ਫਖਰ ਆ। ਬਿਲਕੁਲ। ਸੋ ਸਾਡੀ ਪੰਜਾਬੀ ਮਾਂ ਬੋਲੀ ਨੂੰ ਕੁਆਂਚ ਨਹੀਂ ਆ ਸਕਦੀ। ਕੰਧਾਲਵੀ ਸਾਹਿਬ ਆਉਣ ਦੀ ਲਾਈਨ ਹੈਗੀ ਮੇਰੇ ਖਿਆਲ। ਕੰਧਾਲਵੀ ਸਾਹਿਬ ਵੈਲਕਮ ਟੂ ਦਾ ਪ੍ਰੋਗਰਾਮ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰਿਆਂ ਤੋਂ ਪਹਿਲਾਂ ਤਾਂ ਜੀ ਆਪ ਜੀ ਦਾ ਧੰਨਵਾਦ ਹੈ, ਬਹੁਤ ਵਧੀਆ ਪ੍ਰੋਗਰਾਮ ਲੈ ਕੇ ਆਏ ਹੋ। ਸਰਾਏ ਸਾਹਿਬ ਦੇ ਕਹਿਣ ਮੁਤਾਬਕ ਤੁਸੀਂ ਇਸ ਪੰਜਾਬੀ ਵਰਲਡ ਕਾਨਫਰੰਸ ਨੂੰ ਕੈਂਸਲ ਹੋਣ ਦੇ ਚੈਲੰਜ ਨੂੰ ਕਿੱਦਾਂ ਲੈਂਦੇ ਹੋ ਜੀ? ਹਾਂਜੀ ਮੈਂ ਜੀ ਵੈਸੇ ਕੰਦੋਲਾ ਸਾਹਿਬ ਬਹੁਤ ਕੁਝ ਕਵਰ ਵੀ ਕਰ ਗਏ ਆ, ਮੈਂ ਰਿਪੀਟ ਨਹੀਂ ਕਰਨਾ ਬਹੁਤਾ ਕੁਛ ਜੀ। ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜੀ ਕਾਨਫਰੰਸ ਸੀ ਜੇ ਪਿਛਲੇ ਹਫਤੇ ਆਪ ਜੀ ਨੂੰ ਯਾਦ ਹੋਵੇ ਤੇ ਮੈਂ ਗੱਲ ਕਹੀ ਵੀ ਸੀ ਇਹ। ਬਿਲਕੁਲ ਜੀ। ਕਿ ਇਹ ਕਾਨਫਰੰਸਾਂ ਕਰਾਉਣਾ ਸ਼੍ਰੋਮਣੀ ਕਮੇਟੀ ਦਾ ਰੋਲ ਨਹੀਂ ਸੀ ਜੀ, ਇਹ ਕਾਨਫਰੰਸ ਕਰਾਉਣੀ ਚਾਹੀਦੀ ਸੀ ਪੰਜਾਬ ਗਵਰਨਮੈਂਟ ਨੂੰ ਜਿਹੜੀ ਕਿ 50 ਸਾਲਾਂ ਪੰਜਾਬੀ ਸੂਬੇ ਦੀ ਵਰੇਗੰਢ ਮਨਾ ਰਹੀ ਆ ਜੀ। ਲੇਕਿਨ ਉਹ ਵਰੇਗੰਢ ਵੀ ਜਿਸ ਤਰ੍ਹਾਂ ਦੀ ਮਨਾ ਰਹੀ ਆ ਕਿ ਪੱਲੇ ਨੀ ਧੇਲਾ ਤੇ ਕਰਦੀ ਮੇਲਾ ਮੇਲਾ ਜੀ, ਪੰਜਾਬ ਦੇ ਭਾਸ਼ਾ ਵਿਭਾਗ ਦੀ ਡਾਇਰੈਕਟਰ ਨੂੰ ਕੋਈ ਪਤਾ ਨਹੀਂ ਵੀ ਇਹ ਜਿਹੜੀ ਵਰੇਗੰਢ ਕਿਵੇਂ ਮਨਾਉਣੀ ਆ। ਉਹ ਕਹਿੰਦੀ ਸਾਡੇ ਕੋਲ ਇੱਕ ਦੀਵਾਨੀ ਨਹੀਂ ਜੀ। ਸਕੂਲਾਂ ਦੇ ਵਿੱਚ ਟੀਚਰ ਆਪਣੀਆਂ ਜੇਬਾਂ ਵਿੱਚੋਂ ਪੈਸੇ ਖਰਚ ਕੇ ਮਾੜੇ ਮੋਟੇ ਪ੍ਰੋਗਰਾਮ ਕਰ ਰਹੇ ਆ, ਇਹ ਹਾਲ ਹੈ ਪੰਜਾਬ ਗਵਰਨਮੈਂਟ ਦਾ ਜੀ। ਤੇ ਇਹ ਜਿਹੜੀ ਕਾਨਫਰੰਸ ਸੀ ਗਰਚਾ ਸਾਹਿਬ ਜੀ, ਮੇਰੇ ਖਿਆਲ ਦੇ ਵਿੱਚ ਇਹਦੇ ਵਿੱਚੋਂ ਕਮੇਟੀ ਸ਼੍ਰੋਮਣੀ ਕਮੇਟੀ ਦੇ ਥਰੂ ਸਰਕਾਰ ਕੱਢਣਾ ਜਾਂ ਅਕਾਲੀ ਪਾਰਟੀ ਚਾਹੁੰਦੀ ਸੀ ਪੋਲੀਟੀਕਲ ਮਾਈਲੇਜ ਕੱਢਣੀ। ਬਿਲਕੁਲ ਜੀ। ਲੇਕਿਨ ਹਵਾ ਦਾ ਰੁੱਖ ਦੇ ਕੇ, ਕਿਉਂਕਿ ਸੁਰਿੰਦਰ ਸਿੰਘ ਹੋਣੀ ਬਹੁਤ ਵਧੀਆ ਗੱਲ ਲੱਗੇ ਸੀ ਕਹਿਣ, ਲੇਕਿਨ ਟੈਲੀਫੋਨ ਦੇ ਵਿੱਚ ਕੋਈ ਖਰਾਬੀ ਆਉਣ ਕਰਕੇ ਉਹ ਗੱਲ ਨਹੀਂ ਆਪਣੀ ਕਲੀਅਰ ਕਰ ਸਕੇ। ਕੋਈ ਗੱਲ ਨਹੀਂ, ਅਗਲੇ ਹਫ਼ਤੇ ਕਢਾ ਲਾਂਗੇ ਜੀ। ਹਾਂਜੀ ਹਾਂਜੀ। ਪਰ ਮੈਂ ਜਿਹੜੀ ਇੰਡੀਆ ਵਿੱਚ ਗੱਲਬਾਤ ਕੀਤੀ ਹੈ ਮੈਨੂੰ ਇਹ ਹੀ ਉੱਥੇ ਕੁਨਸਲਾਂ ਮਿਲੀਆਂ ਨੇ ਕਿ ਇਹ ਪੋਲੀਟੀਕਲ ਜਿਹੜੀ ਹਵਾ ਸੀ ਇਹ ਇੰਨੀ ਉਹਨਾਂ ਦੇ ਹੱਕ 'ਚ ਨਹੀਂ ਸੀ ਜਾ ਰਹੀ, ਜਿਸ ਕਰਕੇ ਉਹਨਾਂ ਨੇ ਇਸ ਨੂੰ ਕੈਂਸਲ ਕਰਤਾ। ਲੇਕਿਨ ਕੰਦੋਲਾ ਸਾਹਿਬ ਨਾਲ ਤੇ ਆਪ ਜੀ ਨਾਲ ਵੀ ਮੈਂ ਸਹਿਮਤ ਹਾਂ ਵੀ ਜੇ ਹੋਰ 4 ਮਹੀਨਿਆਂ ਦਾ ਹੀ ਰੱਖਣਗੇ ਤੇ ਕੋਈ ਉੱਥੇ ਪਹੁੰਚੇਗਾ। ਆਪ ਜੀ ਨੂੰ ਯਾਦ ਆ ਨਾ ਪੰਜਾਬੀ ਕਹਾਣੀ ਕਿ ਸ਼ੇਰ ਆਇਆ ਸ਼ੇਰ ਆਇਆ, ਤੇ ਜਦੋਂ ਆ ਗਿਆ ਸੀ ਤੇ ਫਿਰ ਕੋਈ ਵੀ ਨਹੀਂ ਸੀ ਪਹੁੰਚਿਆ ਉੱਥੇ। ਬਿਲਕੁਲ ਬਿਲਕੁਲ। ਇਹ ਇੱਕ ਮੈਂ ਕਹਿੰਦਾ ਬਹੁਤ ਵੱਡਾ ਮਾਂ ਬੋਲੀ ਨਾਲ ਮਜ਼ਾਕ ਕਰਨੇ ਵਾਲੀ ਗੱਲ ਹੈਗੀ ਆ ਇਹ, ਏਡੀ ਵੱਡੀ ਜਿਹੜੀ ਹੈਗੀ ਆ ਮਜ਼ਾਕ ਦੀ ਹੱਦ ਨਹੀਂ ਕਰਨੀ ਚਾਹੀਦੀ। ਅੱਜ ਦੇ ਸਰੋਤੇ ਜਿਹੜੇ ਤੁਹਾਨੂੰ ਸੁਣ ਰਹੇ ਆ, ਇਹ ਸਾਰੀ ਘਟਨਾਕ੍ਰਮ ਤੋਂ ਬਾਅਦ ਸਾਨੂੰ ਕੀ ਸਟੈਪ ਲੈਣੇ ਚਾਹੀਦੇ ਆ ਬਰੀਫ ਵਿੱਚ? ਸਾਨੂੰ ਸਟੈਪ ਜੀ ਇਹ ਲੈਣੇ ਚਾਹੀਦੇ ਆ ਵੀ ਅਸੀਂ ਦੇਖੋ ਉਹਨਾਂ ਦੇ ਕੰਮ ਦੇ ਵਿੱਚ ਦਖਲ ਤਾਂ ਉੱਥੇ ਕੋਈ ਦੇਖ ਨਹੀਂ ਸਕਦੇ ਜੀ। ਸਾਡਾ ਇਸ ਵੇਲੇ ਜਿਹੜਾ ਰੋਲ ਹੈ ਕਿ ਅਸੀਂ ਬਾਹਰਲੇ ਮੁਲਕਾਂ 'ਚ ਬੈਠੇ ਅਸੀਂ ਉਹ ਕੰਮ ਕਰਕੇ ਦਿਖਾ ਦਈਏ ਜਿਹੜਾ ਕਿਸੇ ਨੇ ਨਾ ਕੀਤਾ ਹੋਵੇ। ਬਹੁਤ ਅੱਛੇ ਕੰਧਾਲੀ ਸਾਹਿਬ, ਬਹੁਤ ਅੱਛੇ। ਇਹ ਸਾਰਿਆਂ ਤੋਂ ਵਧੀਆ ਸਾਡੇ ਮੋਢਿਆਂ ਦੇ ਉੱਤੇ ਮੈਂ ਸਮਝਦਾ ਕਿ ਜ਼ਿਆਦਾ ਭਾਰ ਹੈ ਇਸ ਵੇਲੇ। ਮੈਨੂੰ ਬੜੀ ਹੈਰਾਨੀ ਆਉਂਦੀ ਹੈ ਕਿ ਜਦੋਂ ਪੰਜਾਬ ਦੇ ਵਿੱਚ ਜਿੰਨਾ ਮੀਡੀਆ ਹੈਗਾ, ਜਿੰਨੇ ਮੀਡੀਆ ਦੇ ਨਾਮਾ ਨਗਾਰ ਨੇ ਸਾਰੇ ਹਿੰਦੀ 'ਚ ਜਾ ਕੇ ਸਵਾਲ ਪੁੱਛਦੇ ਆ। ਅੱਜ ਵੀ ਮੈਂ ਮਿਸਾਲ ਦਿੰਦਾ ਛੋਟੀ ਜਿਹੀ ਕਿ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡਾ ਹਾਦਸਾ ਹੋਇਆ ਜਿਹਦੇ ਵਿੱਚ 8 ਬੱਚੇ ਮਰ ਗਏ ਸਕੂਲ ਦੀ ਬੱਸ ਦੇ ਵਿੱਚ। ਬਿਲਕੁਲ। ਉਹ ਨਾਮਾ
ਸਰਕਾਰ ਜਾ ਕੇ ਜਦੋਂ ਸਵਾਲ ਪੁੱਛ ਰਿਹਾ ਹਿੰਦੀ ਚ ਤੇ ਬੱਚੇ ਸਾਰੇ ਹਿੰਦੀ ਚ ਜਵਾਬ ਦੇ ਰਹੇ ਆ, ਬੱਚਿਆਂ ਦੇ ਮਾਂ ਬਾਪ ਹਿੰਦੀ ਚ ਜਵਾਬ ਦੇ ਰਹੇ ਆ। ਇਹ ਕਿਹੜੀਆਂ ਗਰਚਾ ਸਾਹਿਬ ਸ਼ਕਤੀਆਂ ਨੇ ਪੰਜਾਬ ਚ ਜਿਹੜੀਆਂ ਸਾਰੇ ਮੀਡੀਆ ਦੇ ਉੱਤੇ ਹਿੰਦੀ ਦਾ ਕੰਟਰੋਲ ਕਰਨਾ ਚਾਹੁੰਦੀਆਂ ਨੇ? ਧੰਨਵਾਦ, ਬੜੇ ਧਿਆਨ ਦੇ ਨਾਲ ਇਹਨਾਂ ਗੱਲਾਂ ਨੂੰ ਲੱਭਣ ਦੀ ਲੋੜ ਹੈ ਤੇ ਇਹਨਾਂ ਲੋਕਾਂ ਨੂੰ ਨੰਗੇ ਕਰਨ ਦੀ ਲੋੜ ਹੈ। ਸ਼ੁਕਰੀਆ, ਪੰਜਾਬ ਧੰਨਵਾਦ। ਕੰਦਾਲਵੀ ਸਾਹਿਬ ਬਿਲਕੁਲ ਕੋਲ ਕੱਟੀ ਗਈ ਤੁਹਾਡੇ ਨਾਲ, ਇੰਡੀਆ ਤੋਂ ਕੁਝ ਸਮੱਗਰੀ ਲੈ ਕੇ ਆਵਾਂਗੇ, ਦੁਬਾਰਾ ਫਿਰ ਗੱਲਬਾਤ ਕਰਾਂਗੇ। ਜੀ ਸਰਾਜ ਸਾਹਿਬ। ਹਾਂਜੀ ਗਰਜਾ ਸਾਹਿਬ, ਪਹਿਲੀ ਗੱਲ ਮੈਂ ਦੁਬਾਰਾ ਬਾਰ ਬਾਰ ਇਹੀ ਗੱਲ ਕਰਦਾ ਵੀ ਇਹ ਕਾਨਫਰੰਸ ਇੱਕ ਸੀ ਅਤੇ ਇੱਕ ਕਾਨਫਰੰਸ ਦੇ ਉੱਤੇ ਸਾਰੇ ਸੰਸਾਰ ਦੇ ਵਿਦਵਾਨਾਂ ਨੂੰ ਨਾ ਸੱਦਿਆ ਜਾ ਸਕਦਾ ਸੀ, ਨਾ ਬੁਲਾਇਆ ਜਾ ਸਕਦਾ ਸੀ, ਨਾ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੀ ਹੋ ਸਕਦੇ ਹਾਂ। ਜੀ, ਇਹਨੂੰ ਇੱਦਾਂ ਨਾ ਲਈਏ ਆਪਾਂ ਵੀ ਇਹ ਸ਼ਾਇਦ ਪਤਾ ਨਹੀਂ ਕਿੱਡਾ ਵੱਡਾ ਨੁਕਸਾਨ ਹੋ ਗਿਆ। ਹਾਂਜੀ, ਹੋ ਜਾਂਦੀ ਤਾਂ ਚੰਗੀ ਗੱਲ ਸੀ, ਉਹਨਾਂ ਦੀਆਂ ਕੀ ਮਜਬੂਰੀਆਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਾਹਮਣੇ ਆ ਜਾਂਦੀ, ਆਪਾਂ ਨੂੰ ਪਤਾ ਲੱਗ ਜਾਊਗਾ। ਪਰ ਆਪਾਂ ਇਹ ਗੱਲ ਇਹਨਾਂ ਦੇਸ਼ਾਂ ਦੇ ਵਿੱਚ ਬੈਠੇ ਇਸ ਗੱਲ ਦਾ ਆਪਾਂ ਦ੍ਰਿੜ ਸੰਕਲਪ ਲਈਏ, ਜਿਹੜੀ ਮੈਂ ਪਹਿਲਾਂ ਗੱਲ ਕੀਤੀ ਆ ਵੀ ਅਸੀਂ ਪੰਜਾਬੀ ਭਾਸ਼ਾ ਲਈ ਤਨ ਮਨ ਅਤੇ ਧਨ ਦੇ ਨਾਲ ਜੋ ਕੁਛ ਵੀ ਕਰ ਸਕਦੇ ਹਾਂ, ਜੋ ਕੁਛ ਸਾਡੀ ਜਿੱਥੇ ਤੱਕ ਸਾਡੀ ਸਮਰੱਥਾ, ਕਿਉਂਕਿ ਇਹਨਾਂ ਤਾਂ ਸਮਰੱਥਾ ਆਪਾਂ ਅਨਲਿਮਿਟਿਡ ਸਮਰੱਥਾ ਤਾਂ ਕਿਸੇ ਦੇ ਕੋਲ ਹੈ ਨਹੀਂ ਹੈ ਨਾ, ਵੀ ਆਪਾਂ ਉਹ ਕਰਨ ਤੋਂ ਇੰਗਰੇਜ਼ ਨਾ ਕਰੀਏ, ਅਸੀਂ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਜਿਹੜਾ ਆ ਉਹ ਜ਼ਰੂਰ ਕਰਦੇ ਰਹੀਏ। ਬਿਲਕੁਲ, ਕੋਲ ਹੋਰ ਹੈਗੀ, ਆਪਾਂ ਗੱਲ ਕਰ ਲਈ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਦੋਵਾਂ ਨੇ ਦਰਸ਼ਨ ਕਰਕੇ ਬੜਾ ਦਿਲ ਖੁਸ਼ ਹੋਇਆ। ਜਿਵੇਂ ਜੀ, ਮੈਂ ਤੇ ਮਿਸ ਕਰਦਾ ਪਿਆ ਸੀ ਤੇ ਮੈਂ ਕਿਹਾ ਵੀ ਅੱਜ ਦਰਸ਼ਨ ਹੋ ਗਏ। ਜੀ ਚੜਾ ਸਾਹਿਬ, ਪੰਜਾਬੀ ਬੋਲੀ ਹੈ ਕਿੰਨੀ ਚੰਗੀ ਹੈ। ਦੋ ਲਫ਼ਜ਼, ਪਿਆਰ ਬਿਨਾਂ ਜ਼ਿੰਦਗੀ ਬਤੀਤ ਨਹੀਂ ਹੁੰਦੀ। ਜੀ, ਪਿਆਰ ਬਿਨਾਂ ਜ਼ਿੰਦਗੀ ਬਤੀਤ ਨਹੀਂ ਹੁੰਦੀ, ਜੇ ਹੋਵੇ ਸੱਚਾ ਪਿਆਰ ਤੇ ਉਸ ਵਰਗੀ ਕੋਈ ਰੀਸ ਨਹੀਂ ਹੁੰਦੀ। ਬਹੁਤ ਅੱਛੇ, ਪਿਆਰ ਕਰਨਾ ਤੇ ਰੱਬ ਨਾਲ ਕਰੋ, ਜਿਹਦੇ ਵਿੱਚ ਕੋਈ ਧੋਖੇ ਵਾਲੀ ਰੀਸ ਨਹੀਂ ਹੁੰਦੀ। ਘੜੀਆਂ ਦੀਆਂ ਸੋਹਣੀਆਂ ਗੱਲਾਂ ਤੇ ਜੋਗ ਦੇ ਤੌਰ ਤੇ ਇੱਕ ਦੋ ਮੈਨੂੰ ਕੋਈ ਪੁੱਛਣ ਲੱਗਾ ਦੋਸਤ ਤੇ ਵਾਈਫ ਚ ਕੀ ਫਰਕ ਹੈਗਾ। ਦੋਸਤ ਤੇ ਵਾਈਫ, ਮੈਂ ਕਿਹਾ ਵੀ ਦੋਸਤ ਨੂੰ ਮੈਂ ਕਹਿ ਸਕਦਾ ਇਹ ਮੇਰਾ ਬੈਸਟ ਫਰੈਂਡ ਹੈਗਾ, ਵਾਈਫ ਨੂੰ ਨੀ ਮੈਂ ਕਹਿ ਸਕਦਾ ਇਹ ਮੇਰੀ ਬੈਸਟ ਵਾਈਫ ਹੈਗੀ। ਬਹੁਤ ਅੱਛਾ ਲੱਗ ਰਿਹਾ ਜੀ ਤੁਹਾਡੇ। ਦੇਖੋ, ਇਹ ਅਸੀਂ ਗੁਰਦੁਆਰੇ ਰੋਜ਼ ਜਾਂਦੇ ਹਾਂ ਨਾ, ਮੱਥਾ ਟੇਕਦੇ ਹਾਂ, ਪਾਠ ਸੁਣ ਕੇ ਆਉਂਦੇ ਹਾਂ, ਪੱਲੇ ਕੋਈ ਨੀ ਪਾਉਂਦੇ। ਇਸ ਤਰ੍ਹਾਂ ਤੁਸੀਂ ਇੰਨੇ ਸੋਹਣੀਆਂ ਚੀਜ਼ਾਂ ਦਿੰਦੇ ਪਏ ਸਾਡੇ ਜਿਹੜੇ ਮੂਰਖ ਬੰਦੇ ਨਾ, ਇਹ ਪੱਲੇ ਨੀ ਪਾਉਂਦੇ ਤੇ ਅੱਜ ਪੱਲੇ ਪਾਉਣੇ ਇੱਕ ਵਾਰੀ ਨਾ, ਤੇ ਤੁਹਾਨੂੰ ਰੋਜ਼ ਸਾਰੇ ਬੰਦੇ ਪੰਜਾਬੀ ਚ ਬੋਲਣ ਔਰ ਬੜੀ ਸੋਹਣੀ ਮਿੱਠੀ ਜ਼ਬਾਨ ਚ ਬੋਲਣ। ਜੀ, ਥੈਂਕ ਯੂ। ਨਹੀਂ, ਇਦਾਂ ਦੀ ਕੋਈ ਗੱਲ ਨਹੀਂ ਵੀ ਅਸੀਂ ਰੋਜ਼ ਇੱਥੇ ਆ ਕੇ ਕਹਿੰਦੇ ਹਾਂ ਤੇ ਕੁਝ ਪੱਲੇ ਨੀ ਪੈ ਰਿਹਾ। ਚੜਾ ਸਾਹਿਬ, ਸਮਝ ਨਹੀਂ ਮੇਰੀ, ਗੁਰਦੁਆਰੇ ਰੋਜ਼ ਜਾਂਦੇ ਉਹੀ ਮਤਲਬ ਰਾਸਾ ਦਾ ਪਾਠ ਦੂਜਾ, ਜੇ ਹੁਣ ਦਿੱਲੀ ਚ ਵਸਾ ਲਈਏ ਤੇ ਸਾਨੂੰ ਰੋਜ਼ ਕਲਾਸ ਅਗਲੀ ਚੱਲੇ ਜਾਈਏ ਨਾ। ਹਾਂਜੀ ਹਾਂਜੀ, ਕਲਾਸ ਉੱਥੇ ਜੀ ਅਸੀਂ ਬੈਠੇ ਰਹਿੰਦੇ ਹਾਂ। ਹਾਂਜੀ ਹਾਂਜੀ, ਚੜਾ ਸਾਹਿਬ ਧੰਨਵਾਦ ਤੁਹਾਡਾ। ਥੈਂਕ ਯੂ ਵੈਰੀ ਮਚ, ਗੋਡ ਬਲੈਸ ਯੂ। ਥੈਂਕ ਯੂ, ਥੈਂਕ ਯੂ ਜੀ ਸਰਾਜ ਸਾਹਿਬ, ਤੁਸੀਂ ਗੱਲ ਕਰਦੇ ਸੀਗੇ। ਹਾਂਜੀ, ਆਪਾਂ ਅਸਲ ਵਿੱਚ ਜਿਹੜੀ ਸੀ ਮੈਨੂੰ ਦੋ ਚਾਰ ਆਪਣੇ ਜੇ ਕਾਲ। ਹਾਂ ਬਿਲਕੁਲ, ਮਿਲ ਕਰੀ ਆਉਂ ਜਿਹੜੀ ਮੈਨੂੰ ਅਸਲ ਵਿੱਚ ਗੱਲ ਲੱਗਦੀ, ਜਿਹਨਾਂ ਦੇ ਸਵਾਲਾਂ ਦੇ ਜਵਾਬ ਜਿਹੜੇ ਦਰ ਦੇ ਵਾਸਤੇ ਆਏ, ਜ਼ਰੂਰ ਮੈਨੂੰ ਇਦਾਂ ਦੋ ਤਿੰਨ ਸਵਾਲਾਂ ਦੇ ਜਵਾਬ ਮੈਂ ਬੜੇ ਜ਼ਰੂਰੀ ਦੇਣੇ ਚਾਹੁੰਦਾ। ਤੁਸੀਂ ਸ਼ੁਰੂ ਕਰਨ ਤੋਂ ਪਹਿਲਾਂ ਕੇ ਸ਼ਰੀਫ ਜੀ ਜਰਮਤ ਹੈਗੇ, ਉਹ ਤੋਂ ਬਾਅਦ ਆਪਾਂ ਸ਼ਾਇਦ ਕੋਲ ਲਾ ਲੈ ਸਕੀਏ, ਕਿਉਂਕਿ ਤੁਹਾਡੇ ਤਿੰਨ ਸਵਾਲ ਜਿਹੜੇ ਲੋਕਾਂ ਨੇ ਜਿੰਸ ਪਾਏ ਉਹਨਾਂ ਦੇ ਜਵਾਬ ਦੇਣੇ ਵੀ ਜ਼ਰੂਰੀ ਹੈ, ਕਿਉਂਕਿ 15 ਮਿੰਟ ਦਾ ਸਮਾਂ ਹੈਗਾ। ਥੈਂਕ ਯੂ। ਹੁਣ ਡਿਪੈਂਡ ਕਰਦਾ ਕੇ ਸ਼ਰੀਫ ਜੀ ਕਿੰਨਾ ਸਮਾਂ ਲੈਂਦੇ। ਕੇ ਸ਼ਰੀਫ ਜੀ, ਵੈਲਕਮ ਟੂ ਦਾ ਪ੍ਰੋਗਰਾਮ। ਪਿਛਲੇ ਹਫਤੇ ਵੀ ਸਾਨੂੰ ਲੱਗਦਾ ਸੀਗਾ ਵੀ ਨਹੀਂ ਹੋਣਾ, ਦੂਜੀ ਗੱਲ ਪੰਜਾਬ ਤੋਂ ਕਨਸੋਆ ਆ ਰਹੀਆਂ ਸਨ ਤੇ ਕੁਛ ਨੀ ਹੋਣਾ। ਅੱਜ ਤਾਂ ਸਿਰਫ ਇੰਨਾ ਹੀ ਕਿਹਾ ਜਾ ਸਕਦਾ ਵੀ ਦਿੱਲੀ ਉਦਾਸ ਹੈ ਜੀ, ਬਾਕੀ ਸਭ ਖੈਰ ਹੈ। ਤੇ ਦੂਜੀ ਗੱਲ ਵੀ ਪੰਜਾਬ ਸਰਕਾਰ ਨੇ ਜਿਹੜੀਆਂ ਗਾਜਰਾਂ ਲਟਕਾਈਆਂ ਹੋਈਆਂ ਨਾ ਪੰਜਾਬੀਆਂ ਮੂਹਰੇ, ਹਾਂਜੀ, ਹੁਣ ਆਪਾਂ ਇਹ ਦੇਖਣਾ ਵੀ ਪੰਜਾਬੀ ਉਹ ਗਾਜਰਾਂ ਕਿੰਨੀ ਕੁ ਦੇਰ ਗਾਜਰਾਂ ਦੇ ਮਗਰ ਤੁਰਦੇ ਆ। ਜੀ 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 ਬਿਲਕੁਲ, ਉੱਥੇ ਲੋਕ ਸਾਨੂੰ ਇਹ ਆਸ ਹੈਗੀ ਆ, ਦਿਲ ਉਦਾਸ ਜ਼ਰੂਰ ਹੈ ਪਰ ਨਿਰਾਸ਼ ਬਿਲਕੁਲ ਨਹੀਂ, ਕਿਉਂਕਿ ਅਸੀਂ ਜਾਗਦੇ ਹਾਂ ਜੀ। ਉੱਥੇ ਕਦੋਂ ਜਾਗਦੇ ਲੋਕ, ਇਹ ਦੇਖਣ ਵਾਲੀ ਗੱਲ ਹੈ, ਕਿਉਂਕਿ ਅੱਜ ਇਹੀ ਕਾਨਫਰੰਸ ਦਾ ਨਿਯੋਲਾ ਇੱਕ ਹੋਰ ਕਲਾ ਦੇ ਖੇਤਰ ਚ, ਪੰਜਾਬ ਦਾ ਇੱਕ ਬੜਾ ਅਦਾਰਾ ਹੈ ਕਲਾ ਦਾ ਖੇਤਰ, ਉਹਦੇ ਵਿੱਚ ਵੀ ਪੰਜਾਬ ਸਰਕਾਰ ਨੇ ਇੱਦਾਂ ਦਾ ਹੀ ਮਤਲਬ ਕੰਮ ਕੀਤਾ ਹੈ ਕਿ ਕਿਸੇ ਐਸੇ ਵਿਅਕਤੀ ਨੂੰ ਮੂਹਰੇ ਲਾ ਦਿੱਤਾ ਗਿਆ ਹੈ ਜਿਹਦੀ ਪਿਛਲੇ ਸਮੇਂ ਤੋਂ ਪੰਜਾਬ ਦੇ ਪੰਜਾਬੀ ਦੇ ਮੁਦਈ ਸਾਰੇ ਵਿਦਵਾਨ ਲੇਖਕ ਤੇ ਜਿਹੜੇ ਉੱਚ ਕੋਟੀ ਦੇ ਪੰਜਾਬੀ ਨਾਲ ਪਿਆਰ ਕਰਨ ਵਾਲੇ ਸਾਰੇ ਵਿਰੋਧ ਕਰਦੇ ਸਨ ਕਿ ਪੰਜਾਬ ਸਰਕਾਰ ਨੇ ਇਸ ਕਰਕੇ ਉਸ ਬੀਬੀ ਨੂੰ ਮੂਹਰੇ ਲਾ ਦਿੱਤਾ ਹੈ ਕਿਉਂਕਿ ਪਿਛਲੇ ਸਮੇਂ ਤੋਂ ਪੰਜਾਬ ਸਰਕਾਰ ਦੀਆਂ ਐਡਾਂ ਕਰ ਰਹੀ ਸੀ। ਬਿਲਕੁਲ ਬਿਲਕੁਲ ਬਿਲਕੁਲ, ਅਸੀਂ ਜਦੋਂ ਪੰਜਾਬ ਸਰਕਾਰ ਮੂਹਰੇ ਲਿਟ ਕੇ ਕੋਈ ਨਾ ਕੋਈ ਅਹੁਦਾ ਲੈਣਾ ਹੈ ਤਾਂ ਸਾਨੂੰ ਆਪਣੇ ਆਪ ਦੇ ਲਾਹਣਤ ਪਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ। ਬਾਕੀ ਜੀ, ਇਹ ਕਾਨਫਰੰਸ ਨਹੀਂ, ਨਾ ਕਰਨੀ ਸੀਗੀ ਨਾ ਕਰਨੀ ਹੈ, ਲੋਕਾਂ ਨੂੰ ਮੂਰਖ ਬਣਾਉਣ ਦਾ ਇੱਕ ਸਾਧਨ ਸੀਗਾ, ਉਹ ਬਣਾ ਦਿੱਤਾ ਗਿਆ, ਹੁਣ ਦੇਖਦੇ ਹਾਂ ਵੀ ਲੋਕ ਇਹਦੇ ਤੇ ਕਿਵੇਂ ਆਪਣਾ ਆਪਣਾ ਪ੍ਰਤੀਕਰਮ ਹੈ ਉਹ ਦਿੰਦੇ ਆ। ਬਹੁਤ ਵਧੀਆ, ਤੁਹਾਡਾ ਬਹੁਤ ਧੰਨਵਾਦ ਹੈ, ਕਿਉਂਕਿ ਤੁਹਾਨੂੰ ਵੀ ਖਦਸ਼ਾ ਸੀਗਾ ਵੀ ਇਹ ਹੋਣੀ ਹਾਣੀ ਹੈ ਨਹੀਂ। ਬਿਲਕੁਲ ਬਿਲਕੁਲ, ਸੀਗਾ ਉਹ ਛਣਕਿਆ ਨੀ ਜੀ, ਛਣਕਣੋਂ ਰਹਿ ਗਿਆ, ਹੁਣ ਦੇਖੋ ਕਦੋਂ ਛਣਕਦਾ। ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
एक तो गल दा गाचा साहब मैनू एक बीबी ने अपने सवाल किया भी तुहाडे प्रोग्राम दे विच तुसी बहुत घट बीबियां नू अपने समा दिंदे हो ते लैके बतौर गैसट एक मेहमान दे तौर दे उत्ते उन्हां नू लैके आउंदे हो। मैं उस अपनी माता नू जवाब देंगा भी साढ़े मन के नहीं है गल असी तो खुला स्नेहा दें खुला सद्दा दें बिल्कुल तो कई बार क्योंकि प्रोग्राम साडा शाम का आ प्रोग्राम 6 to 7 PM का आ तो उन्हों मजबूरियां मर्दों के मुकाबले थोड़ियाँ हो सकता वक्रिया हो पर फिर भी जेकर थानू कुछ लगता है थोड़े को ना आई सू ना दौ असी उन्होंने आप संपर्क करा किसी न किसी तौर के तौर तरीके असी उन्होंने लिया का इतने यतन भी करा जे इतों लोकल हो आप भी आ सकती हैं दूरों नेड़े किसी होर सज्जन मित्र के नाल अपने विचार वटांदरा करके उन्होंने लिया का इंतजाम इतने किया जा सकता। बिल्कुल अगली गल गर्चा साहब जो मैं अपने आता क्योंकि एक दो प्रोग्रामों के मैं अपने प्रो गलबात दौरान बीबिया की सिलसिला जरूर की मैं गल कही सी भी साडिया मावं साडिया भैणों इस मैदान के आने की बड़ी जरूरत है तो मैं सुनेहा इस तरह दिता सी एक समा सी जदों साडिया बीबिया घर के काम कर कर लोग गीतों सरजी जांदियां सी उहदे वल ध्यान जिहड़ा पिछले कुछ दहाकियां तो घट दिता गया बहुत घट गया बिल्कुल तो उहदा सानू जिहड़ा लच्चर गायकी की भी जदों आपां गल करदे आं तो वह बीबियां का मैदान के उस जी साफ सुथरी जी वाकई साढ़े कदर कीमतों की तर्जमानी करती सी तो बारे एक मैं कहा भी तुम गलत करी जाते रहने बीबिया दियाँ साड़ी धी का जोड़ा बड़ा दुबला जहा अपने एक कैरेक्टर है साढ़े समाज के पात्र हमेशा ही रहा असी धी न अपने प्रॉपरली ना तो रैकगनाइज किया ना असी उस अपने सही पछाण दे सकें उहदे वास्ते मेरा उस मित्र नूं जिहड़ा अपने जवाब आ भी मैं थोड़ी इस गल दे नाल सहमत नहीं साडे लोक गीतां दे विच जिहड़ी धी आ जिन्ने उह संवाद अपनी माँ दे नाल अपने प्यो दे नाल इत्थों तक एक भैण अपने भरा दे नाल रचाउंदी आ उहनां दे मुकाबले विच जे मैं बैलेंस दे विच देखणा होवे ते मैनूं नज़र नहीं आउंदा जिहड़ा अपने मर्द वल्लों आ रिहा होवे कोई रिस्पोंस जिस तरह धी दी गल आ वो तो इतने तक भी कह दी भी जे फैशन की गल आ माए मेरी ने मैनू बड़ा चा दो गुत्तां कर मेरिया जे इतों तक भी साढ़े गीतों के जिक्र आ मैनू विह दे अमी नहीं मैं गोडे कोठे जी हो जेकर धी के मन के कोई इदा दी हो बाप न जो संवाद अपने गल कर रही है पहला भी अपना ये गल की घर ट्रोली वावला जिथे लिपने ना पैण बनेरे बिल्कुल ये किस तरह की वो संवेदना जी अपने बाप के नाल खुले तौर के उत्ते ही बाप न यह भी गल करके भी सचो सच दसी वावला धियां तोर के किन्ना धन जोड़िया। अच्छा हुण मैनूं इन्हां गीतां दे विचों जदों मैं अपने तौर दे उत्ते अपनी सोच दे विच अपने ज़हन दे विच इन्हां गीतां बारे विचार वटांदरा करदा मेरी तां रूह सरशार हो जांदी आ बिल्कुल ते इत्थों तक एक लोक बोली दे विच लम्मी अपने लड़कियां जिहड़ियां बच्चियां गिद्धे दे विच बोली पाया करदियां सी नौकर नूं नंदई वावला हाली पुत बथेरे नौकर पुत्तां घर नहीं वरदे नित परदेसी डेरे मैं तैनूं वरज रही दई ना वावला फेरे जे वह दुबला जिहा पात्र होवे ते वह अपने बाप दे नाल ए डायलॉग किदां अपने कर सकदी आ सो उस वीर नूं मैं जवाब देना कि मैं तुहाडी इस गल दे नाल सहमत नहीं वी असीं इत्थे धीआं भैणां दी जे गल करदे आ ते एडियां वह असीं समाज दे विच नगलैक्ट करके छड्डियां होईआं ते इत्थे तक मैं अपने जदों भैण दे नाल वी उहदे डायलॉग दी गल अपने करदे आ ते वह भी देख लो वी गुप्त तौर दे उत्ते पीढ़ी उत्ते बह जा वीरना सस चंदरी दे रुदन सुनावा ते जां इह गल वी ससे तेरी मैं मर जा मेरे वीर नूं सुक्की खंड पाई पाई बिल्कुल जदों इह अपने कोठे उत्ते आ जा वीरना तैनूं चंद दे बहाने देखां वालियां जिहड़ियां गल्लां बातां आ इह असल विच अपने गर्चा साहब साडे जिहड़ियां विरासती कदरां कीमतां दी जिहड़ी सच्ची ते सुची अपनी वैल्यू आ जिहड़ी कीमत आ इह उहनां नूं दसदी आ असीं इस गल दे नाल उहदी गल दे नाल वीर दे मैं नहीं सहमत भी बड़ा दुबला जहा पत रहा तो कहें मैदान के आओ मैं हाले भी यह गल महसूस करदा ये प्रोग्राम के भी पिछली बार अपने जो कंदोला साहब तो कौंसलर साहब इतने लियाए थे उन्होंने भी यह गल कही थी जे आप इनकलाब की गल करनी है तो मैं अपने पंजाबी थोनों ये गल दसा जे साडे घर आना तो साडा जिहड़ा बीबिया का जिहड़ा रोल आ वो एडा वड्डा रोल होगा शायद अपने इत्थे असी शब्दां राही उहनूं थोड़े सामने ना रख सकी सो साडे समाज दे विच जिन्ना साहित सच्चा ते सुचा लोक गीतां दी फॉर्म दे विच साडियां धीआं ने साडियां भैणां ने साडियां मातावां ने रचिया वो मैनू उहदे मुकाबले विच मर्दां ने साहित जिहड़ा आ उह रचिया होया नज़र नहीं आउंदा मैनू मर्द कोई भी पुत्तर अपने प्यो दे नाल लोक गीतां दे विच शरेआम खुले तौर दे उत्ते डायलॉग करदा अज तक अपने नज़र नहीं आया गर्चा साहब इक सवाल दा इह जवाब है थैंक यू गल तुहाडा होर भी करनी इक कॉल अपने कोल रेडी है लास्ट शायद हैलो ठीक है हेलो
हेलो वीर जी अपना टेलीविजन बंद कर लो सा गल करो जी धन्यवाद कौन साहब तक कितों बोलते जी ਪੜ੍ਹੀਆਂ ਲਿਖੀਆਂ ਔਰ ਰੋਜ਼ਾਨਾ ਵਾਲੀਆਂ ਗੱਲਾਂ ਤਾਂ ਨਹੀਂ ਕਰਨੀਆਂ ਚਲੋ ਪਰ ਹਾਂ ਇਹ ਜ਼ਰੂਰ ਕਬੂਲ ਕਰ ਰਿਹਾ ਕਿ ਤੁਹਾਡੇ ਦੋਹਾਂ ਨਾਲ ਇੱਕ ਇੰਟੈਲੈਕਚੁਅਲ ਸਾਂਝ ਬਣ ਗਈ ਹੈ ਇਸ ਪ੍ਰੋਗਰਾਮ ਦੇ ਰਾਹੀਂ ਧੰਨਵਾਦ ਤੁਹਾਨੂੰ ਭਾਗ ਜੀ ਸਾਡੇ ਤੇ ਮੈਂ ਤਿੰਨ ਭਾਸ਼ਾਵਾਂ ਦੇ ਵਿੱਚ ਇਹਨੂੰ ਐਕਸਪ੍ਰੈਸ ਕਰਨਾ ਚਾਹਾਂਗਾ ਜਿਹੜੇ ਤੁਸੀਂ ਚਾਰ ਹਫ਼ਤੇ ਮੁਲਜ਼ਾ ਮੇਲੇ ਕਰਕੇ ਛੁੱਟੀਆਂ ਮਨਾਈਆਂ ਜੀ ਜੀ ਕਿ ਤੁਹਾਡੇ ਬਗੈਰ ਜਿਹੜਾ ਕੁਛ ਸੁੰਝਾ ਸੁੰਝਾ ਲੱਗ ਰਿਹਾ ਜੀ ਇਹ ਤਾਂ ਹੋ ਗਈ ਪੰਜਾਬੀ ਦੇ ਵਿੱਚ ਗੱਲ ਜੀ ਸਰਾਏ ਸਾਹਿਬ ਜੀ ਜੀ ਗਰਚਾ ਸਾਹਿਬ ਧੰਨਵਾਦ ਇੱਕ ਆਪਦਾ ਲਾਈਨ ਪੇਸ਼ ਕਰ ਰਹੇ ਹਾਂ ਜੀ ਇੱਕੋ ਲਾਈਨ ਸਿਰਫ ਜੀ ਕਿ ਯੋਰ ਪ੍ਰੈਜੈਂਸ ਪਲੀਜ਼ਸ ਯੋਰ ਐਬਸੈਂਸ ਹਰਟਸ ਥੈਂਕ ਯੂ ਓਹੋ ਥੈਂਕ ਯੂ ਜੀ ਤੇ ਆ ਕਿਸੇ ਹੋਰ ਦੀਆਂ ਲਾਈਨਾਂ ਪਰ ਇਹ ਵੀ ਵਿੱਚ ਕਹੀਆਂ ਗਈਆਂ ਜੀ ਪਰ ਜਨਾਬ ਨੂੰ ਇਹ ਸਲਾਮ ਕਰਨ ਦਾ ਮੇਰਾ ਆਪਣਾ ਇੱਕ ਅੰਦਾਜ਼ ਹੈਗਾ ਕਿ ਤੁਹਾਰੇ ਬਗੈਰ ਅੰਧੇਰਾ ਰਹਾ ਕਾ ਮਹਿਫਿਲ ਮੇ ਹਮਨੇ ਹਜ਼ਾਰੋਂ ਚਿਰਾਗ ਜਲਾਏ ਰੋਸ਼ਨੀ ਕੇ ਦੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਤੁਹਾਡਾ ਸਾਡਾ ਦਿਨ ਤੁਸੀਂ ਸਫਲਾ ਕਰਤਾ ਬਹੁਤ ਬਹੁਤ ਧੰਨਵਾਦ ਜੀ ਸੁਰੇਸ਼ ਸਾਹਿਬ ਇੱਕ ਸਵਾਲ ਮੇਰੇ ਜਿਹਨ ਚ ਉਤਪੂਰਨ ਹੋ ਮੈਨੂੰ ਨੋਟ ਕਰਨਾ ਪਿਆ ਕਿਉਂਕਿ ਕਿਤੇ ਭੁੱਲ ਨਾ ਜਾਵਾਂ ਜੀ ਕੁਛ ਜਿਹੜਾ ਨੇ ਜਦੋਂ ਗਾਇਬ ਗਏ ਮਿਲਦੇ ਆ ਨਾ ਉਹ ਤੁਹਾਡੀ ਅਤੇ ਤੁਹਾਡੇ ਪ੍ਰੋਗਰਾਮ ਦੀ ਤਾਰੀਫ ਕਰਨ ਨੂੰ ਬਾਜ਼ ਨਹੀਂ ਆਉਂਦੇ ਜੀ ਉਹ ਕਈ ਵਾਰ ਇੱਦਾਂ ਕਹਿ ਦਿੰਦੇ ਆ ਵੀ ਜਿਹੜੀ ਗੱਲ ਸਰਾਜ ਸਾਹਿਬ ਨੇ ਆਪਣੇ ਮੁਖਾਰਬਨ ਤੋਂ ਐਕਸਪਲੇਨ ਕਰ ਦੇਣੀ ਹੈਗੀ ਆ ਉਸ ਗੱਲ ਦਾ ਸਮਾਜ ਦੇ ਹਰ ਵਰਗ 'ਤੇ ਕਿਤੇ ਨਾ ਕਿਤੇ ਜਲਦੀ ਅਤੇ ਵਧੀਆ ਅਸਰ ਹੁੰਦਾ ਇੱਕ ਤਾਂ ਇਹ ਗੱਲ ਹੈਗੀ ਆ ਦੂਜੀ ਗੱਲ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਵੀ ਕਿਸੇ ਕੌਮ ਦੇ ਭਵਿੱਖ ਲਈ ਉਸ ਕੌਮ ਦੀ ਨੌਜਵਾਨੀ ਤੋਂ ਕਿਹੜੀ ਕਿਹੜੀ ਆਸ ਰੱਖੀ ਜਾ ਸਕਦੀ ਆ ਇੱਕ ਲਾਈਨ ਦੇ ਵਿੱਚ ਸ਼ਬਦ ਪਏ ਆਪਣੀ ਸੱਚੀ ਅਤੇ ਸੁੱਚੀ ਵਿਰਾਸਤ ਦੇ ਉੱਤੇ ਉਹਨਾਂ ਨੂੰ ਮਾਣ ਹੋਵੇ ਜੇ ਜ਼ਿਆਦਾ ਅਲੈਬੋਰੇਟ ਕਰਨ ਦੀ ਜ਼ਰੂਰਤ ਹੈ ਤਾਂ ਮੇਰਾ ਖਿਆਲ ਆਪਣੇ ਕੋਲ ਸਮਾਂ ਹੈ ਨਹੀਂ ਮੈਂ ਕਰ ਦੂੰਗਾ ਜਿਹੜੀ ਕੌਮ ਜਿਹੜੇ ਖਾਸ ਕਰਕੇ ਤੁਸੀਂ ਨੌਜਵਾਨਾਂ ਦੀ ਗੱਲ ਕੀਤੀ ਹੈ ਆਪਣੀ ਸੱਚੀ ਅਤੇ ਸੁੱਚੀ ਵਿਰਾਸਤ ਦੇ ਨਾਲ ਟੁੱਟ ਜਾਣ ਵਿਰਾਸਤ ਦੀ ਕਦਰਾਂ ਕੀਮਤਾਂ ਦੇ ਉੱਤੇ ਉਹਨਾਂ ਨੂੰ ਮਾਣ ਨਾ ਹੋਵੇ ਅਤੇ ਉਹਨਾਂ ਦਾ ਆਪਣੇ ਰਸਤੇ ਤੋਂ ਭਟਕ ਜਾਣਾ ਬੜਾ ਸੌਖਾ ਅਤੇ ਮੈਂ ਆਪਣੇ ਕਿਉਂਕਿ ਤੁਹਾਡੇ ਇਸ ਆਪਣੇ ਸਵਾਲ ਦੇ ਵਿੱਚ ਇੱਕ ਹੋਰ ਵੀ ਸਵਾਲ ਹੈ ਮੈਨੂੰ ਕਿਸੇ ਨੇ ਕੀਤਾ ਸੀ ਉਹ ਲਗਭਗ ਹਰੇਕ ਵਾਰੀ ਪ੍ਰੋਗਰਾਮ ਆਉਂਦਾ ਵੀ ਤੁਹਾਡੇ ਇਸ ਪ੍ਰੋਗਰਾਮ ਦਾ ਤੁਸੀਂ ਠੀਕ ਹੈ ਕੋਸ਼ਿਸ਼ ਕਰ ਰਹੇ ਹੋ ਬੜੀ ਕੋਸ਼ਿਸ਼ ਕਰ ਰਹੇ ਹੋ ਉਹਨਾਂ ਨੂੰ ਕੋਈ ਸਾਡੀ ਕਮਿਟਮੈਂਟ ਡੈਡੀਕੇਸ਼ਨ ਦੇ ਉੱਤੇ ਕੋਈ ਸ਼ੱਕ ਨਹੀਂ ਪਰ ਉਹ ਕਹਿੰਦੇ ਫਾਇਦਾ ਕੀ ਹੋਊਗਾ ਇਹ ਤਾਂ ਸਾਨੂੰ ਕੋਈ ਨਜ਼ਰ ਨਹੀਂ ਆ ਰਿਹਾ ਜਵਾਬ ਚਾਹੀਦਾ ਇਮੀਡੀਏਟ ਜਿਹੜਾ ਅਤੇ ਮੈਂ ਉਹਨਾਂ ਨੂੰ ਇੱਕ ਜਵਾਬ ਦਿੰਦਾ ਇੱਕ ਉਰਦੂ ਦਾ ਅਤੇ ਹਿੰਦੀ ਦਾ ਦੋ ਵੱਖ ਵੱਖਰੀਆਂ ਭਾਸ਼ਾਵਾਂ ਦੇ ਸ਼ੇਅਰ ਆ ਅਤੇ ਪੰਜਾਬੀ ਦੇ ਵਿੱਚ ਉਹਦਾ ਮੈਂ ਟੁੱਟਾ ਜਿਹਾ ਆਪਣੇ ਹਿਸਾਬ ਦੇ ਨਾਲ ਤੋੜ ਮਰੋੜ ਕਰਕੇ ਗੱਲ ਕਰ ਲਿਆ ਅਤੇ ਉਹ ਗੱਲ ਹੈ ਉਸ ਅਲਣ ਮਟਿਆਰ ਦੀ ਜਿਸ ਨੂੰ ਕਿਸੇ ਨੇ ਪੁੱਛਿਆ ਸੀ ਬਈ ਆਪਣੇ ਕੁਛ ਹਾਲਾਤਾਂ ਬਾਰੇ ਅਤੇ ਉਹ ਕਹਿੰਦੀ ਆ ਵੀ ਰਾਤ ਦੇ ਹਨੇਰੇ ਵਿੱਚ ਮੁਸਕਰਾਉਂਦੇ ਹੋਏ ਤਾਰਿਆਂ ਨੇ ਮੈਨੂੰ ਪੁੱਛਿਆ ਕਿ ਤੈਨੂੰ ਅਜੇ ਵੀ ਯਕੀਨ ਹੈ ਉਸ ਦੇ ਵਾਪਸ ਆਉਣ ਦਾ ਆ ਜਾਣ ਦਾ ਅਤੇ ਮੈਂ ਮੁਸਕਰਾ ਕੇ ਜਵਾਬ ਦਿੱਤਾ ਉਹ ਜਵਾਬ ਦਿੰਦੀ ਹੈ ਕਿ ਮੈਨੂੰ ਹਾਲੇ ਵੀ ਯਕੀਨ ਨਹੀਂ ਹੋ ਰਿਹਾ ਉਸਦੇ ਜਾਣ ਦਾ ਸੋ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਪਿਆਰ ਕਰਨ ਵਾਲੇ ਉਹ ਮੁਹੱਬਤ ਕਰਨ ਵਾਲੇ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਓ ਤੁਸੀਂ ਬੇਸ਼ੱਕ ਵਾਰ ਵਾਰ ਇਹ ਗੱਲ ਤੋਂ ਸਾਨੂੰ ਆਪਣੇ ਚੇਤਾਵਨੀ ਦਿੰਦੇ ਰਹਿੰਦੇ ਹੋ ਯਾਦ ਦਿਲਾਉਂਦੇ ਰਹਿੰਦੇ ਹੋ ਇਹਦਾ ਕੀ ਫਰਕ ਪਊਗਾ ਤੁਸੀਂ ਤਾਂ ਹੋ ਸਕਦਾ ਬਹੁਤ ਇਹ ਮਹਿਸੂਸ ਕਰਦੇ ਰਹਿਣਗੇ ਸੰਸਾਰ ਦੇ ਵਿੱਚ ਬੜਾ ਕੁਛ ਗੁਆਚ ਗਿਆ ਬੜਾ ਕੁਛ ਹੜ ਗਿਆ ਅਤੇ ਅਸੀਂ ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਹਾਂ ਵੀ ਹਾਲੇ ਵੀ ਬੜਾ ਕੁਛ ਬਚਿਆ ਪਿਆ ਹਾਲੇ ਵੀ ਬੜਾ ਕੁਛ ਸਾਂਭਣ ਦੇ ਯੋਗ ਆ ਅਤੇ ਜਿਹੜਾ ਰੁੜਿਆ ਜਾ ਰਿਹਾ ਉਹਨੂੰ ਵੀ ਬਚਾਇਆ ਜਾ ਸਕਦਾ ਸਾਨੂੰ ਇਸ ਗੱਲ ਦਾ ਯਕੀਨ ਨਹੀਂ ਹੋ ਰਿਹਾ ਵੀ ਸੰਸਾਰ ਦੇ ਵਿੱਚ ਸਾਰਾ ਕੁਛ ਹੀ ਰੁੜ ਗਿਆ ਅਤੇ ਸਾਰਾ ਕੁਛ ਹੀ ਰੁੜਿਆ ਜਾ ਰਿਹਾ ਨੇਕੀ ਤਾਂ ਵਧੀ ਜਦੋਂ ਦਾ ਸੰਸਾਰ ਹੋਣ ਦੇ ਵਿੱਚ ਆਇਆ ਗਰਚਾ ਸਾਹਿਬ ਵੱਡੇ ਵੀਰ ਉਸ ਸਮੇਂ ਤੋਂ ਚੱਲੀ ਆ ਰਹੀ ਆ ਹਾਂ ਕਿਸੇ ਯੁੱਗ ਦੇ ਵਿੱਚ ਕੋਈ ਇੱਕ ਪੱਲੜਾ ਭਾਰਾ ਜ਼ਰੂਰ ਹੋ ਜਾਂਦਾ ਹੋਏਗਾ ਕਿਸੇ ਦੇ ਵਿੱਚ ਨੇਕੀ ਦਾ ਅਤੇ ਕਿਸੇ ਦੇ ਵਿੱਚ ਵਧੀ ਦਾ ਅਤੇ ਸੰਸਾਰ ਦੇ ਲੋਕਾਂ ਨੂੰ ਉਦੋਂ ਲੱਗਣਾ ਸ਼ੁਰੂ ਹੋ ਜਾਂਦਾ ਹੋਣਾ ਵੀ ਅੱਜ ਜਿਹੜਾ ਨੇਕੀ ਆ ਉਹ ਤਾਂ ਸੰਸਾਰ ਦੇ ਵਿੱਚੋਂ ਉੜ ਗਈ ਆ ਅਤੇ ਅਗਲੀ ਗੱਲ ਮੈਂ ਇੱਕ ਹੋਰ ਦੱਸਦਾ ਕਿਉਂਕਿ ਆਪਣਾ ਸਮਾਂ ਹੋ ਗਿਆ ਸਰਕਾਰਾਂ ਨੇ ਰਾਜ ਕਰਨਾ ਹੁੰਦਾ ਅਤੇ ਲੋਕਾਂ ਨੇ ਜੀਣਾ ਹੁੰਦਾ ਅਤੇ ਆਪਾਂ ਜਦੋਂ ਸਰਕਾਰ ਦੇ ਉੱਤੇ ਬਹੁਤ ਵੱਡੀਆਂ ਆਸਾਂ ਰੱਖ ਲੈਂਦੇ ਹਾਂ ਵੀ ਸਾਡੀ ਹਰ ਸਮੱਸਿਆ ਦਾ ਹੱਲ ਸਰਕਾਰ ਦੇ ਕੋਲ ਹੋਵੇ ਅਤੇ ਅਸੀਂ ਆਪਣੇ ਵੱਲੋਂ ਜਿਹੜੀ ਆ ਕੁਤਾਹੀ ਵਰਤਣੀ ਸ਼ੁਰੂ ਕਰ ਦਿੰਦੇ ਹਾਂ ਅਣਗਹਿਲੀ ਵਰਤਣੀ ਸ਼ੁਰੂ ਕਰ ਦਿੰਦੇ ਹਾਂ ਅਤੇ ਉਹਦੇ ਜਿਹੜੇ ਨਤੀਜੇ ਆ ਸਾਨੂੰ ਆਮ ਸਧਾਰਨ ਜਨਤਾ ਨੂੰ ਭੁਗਤਣੇ ਪੈ ਰਹੇ ਆ ਸੋ ਆਓ ਸਾਡੇ ਪੁਰਖਿਆਂ ਦੁਆਰਾ ਦੱਸਿਆ ਹੋਇਆ ਜਿਹੜਾ ਸਾਨੂੰ
एक सिद्धांत दिता से अपना हथी अपना आप ही कास वारी है असी इन्हां देशों के बैठे तो अपने वतन की मिट्टी उत्ते भी जेकर कोई प्रोग्राम देख अपने सुन रहा मेरी उन्हां अगे भी इस गल लई अरदास बेनती है कि असी जो कुछ अपने हथी कर सकते हैं असी वह करन तो अंग्रेज़ ना करिए। मेरे दर्शको अपने हथी अपना आप ही काज सवारीए ये शब्द गुरबाणी लिखा है ये सिर्फ सिर्फ पढ़ लेने ये करने लिए है सो तुहानू हथ वर के बेनती है अपने काम नू करन लई आप अगे आओ जिमें कि बहुत सारी एग्जाम्पल हैगियां तुसीं वेखदे हो समाज च जिन्ने भी अदारे हैगे आ तुसीं नोटिस किया होगा खंडू साहब वाले बाबा जी किड्डी वड्डी वो सेवा कर रहे हैं बिल्कुल इहो जिहे बहुत सारे होर संत महात्मा हैगे बहुत सारे अदारे हैगे आ वो कम नहीं हुंदा जिहड़ा तुसीं ना कर सको हर मुश्किल दा हल हैगा लेकिन हल लभना तुसीं हुंदा। सराय साहब ने गल की है कि सरकारां ते निर्भर हो के तुसीं अपना जीवन दुबरना कर बैठो जिंदगी जीवन लिए है हंडाने नहीं सर एक मिनट है ये होर की कहना चाहते हैं उस तो बाद हाँ जी पहली तो गल है मैं थोड़ा दसना गर्चा साहब हमने दसना ही मैं इन्होंने कहा ये हूँ फिर पंजाब की धरती उत्ते कुछ हफ्तों के लिए अपने जा रहे हैं तो उन्होंने दिनों के सरदार निर्मल सिंह कंधाड़वी साहब इन्हों की गायरी प्रोग्राम करे तो वो गैसट लिया मैं इतें ही हाँ जेकर थानू किसी भी किस्म की कोई जानकारी की जरूरत हो किताबों बारे कुछ अपने जानने की एक या दो प्रोग्राम कंधाड़वी साहब को बेनती भी करा कि असी किताबों के संबंध में करिए ते तुसी कोई भी सलाह देनी हो प्रोग्राम की कोई गल थानू ना चंगी लगती हो बारे बाय ऑल मीनस तुसी मेरे नाल टैलीफोन के उत्ते डाक राही अपने जां ईमेल राही संपर्क कर सकते हो। तो अगली गल मैं यह दस दें मैं थोड़े सहयोग तो बिना थोड़ी हलाशेरी तो बिना ये प्रोग्राम अगे नहीं तुर सकता। सो सराज साहब मैं शरीरक पक्षों जा रहा लेकिन मेरी सोच मेरी जी सारी गलबात इतने रहेगी नहीं नहीं बारे कोई और मैं दर्शकों ने भी वादा करता कि पंजाब तो वो गल्लां जिहड़ियां इन्होंने अज तक नहीं सुनिया देखिया होनगियां मैं वो तुहाडे तक पहुँचदी करा गा जिवें मैं लास्ट टाइम प्रोमिस करके गया सीगा क्योंकि उत्थे जा के भी मैनूं टिकट नहीं मिलदा जिवें तुसीं जा के टिकदे उत्थे जा के मैं भी मैनूं एक सज्जन ने एक लोक बोली की लाइन भेजी सी जी उहदे विच सी वी रीझां वेल के तवे ते पाईआं ते खुशियां दी भुख मर गई अज मेरा ख्याल अखीर दे उत्ते इही गल ही कर दिंदे आपां जी 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 जी। सो पर दसको पंजाब जा के भी राबता तुहाडे नाल इस तरह रहेगा हो सकदा असीं किसे उस खास शख्सियत नूं तुहाडे सामने बिठाउण लई कामयाब हो जाईए जिहदे जरिए पंजाब दा आने समय च भला हो सके वह पंजाबी राही होवे उह सियासत पक्खों होवे उह धर्म पक्खों होवे रब जाने किस पक्खों किसे ना किसे असारू सोच वाली परसनैलिटी नूं तुहाडे रूब रूब करदे रहण दी इह मैं कसम खाना वादा करदा। सो तुसीं प्रोग्राम नूं देखदे रहना विरसे दे वारस तुहाडी सोच की कहिंदी है तुसीं की सोचदे इस प्रोग्राम बारे अपनी फीडबैक सानूं देना ना भुलना क्योंकि तुहाडी फीडबैक सानूं हमेशा ऑक्सीजन दा कम करदी आ। ना जाने शाम के 4 बजे तक दिल ही करता हूँ घरों टिकन लेकिन जदों सूई घड़ी की अगे वधन लग पैंदी है तो कदम बकायदा अकाल चैनल वालों तुरने शुरू हो जाते हैं इतने आ के एक घंटा इवें लंघ जाता जिमें सिर्फ चाह का पीता हूँ। सो तुहाडे सहयोग तुहाडे हौसले हुंगारियां दी उड़ीक विच असी प्रोग्राम विरसे दे वारस लैके हाजिर होया करांगे। सो फतेह बुलाउणा जी अखीर च प्रोग्राम दे वाहिगुरू जी का खालसा वाहिगुरू जी की फतेह।